ਜਸਟਿਸ ਦੇਖ ਰਹੇ ਹੋ ਤੁਸੀਂ ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ। ਕਰਤਾਰਪੁਰ ਲਾਂਘੇ ਤੇ ਇੱਕ ਨਵੀਂ ਤਰ੍ਹਾਂ ਦੀ ਹੁਣ ਸਿਆਸਤ ਸ਼ੁਰੂ ਹੋ ਗਈ, ਇੱਕ ਨਵੀਂ ਤਰ੍ਹਾਂ ਦੀ ਬਹਿਸ ਸ਼ੁਰੂ ਹੋ ਗਈ ਹੈ ਤੇ ਉਸ ਬਹਿਸ ਦੇ ਵਿਚਾਲੇ ਬਿਆਨ ਦਿੱਤਾ ਭਾਜਪਾ ਦੇ ਰਾਜ ਸਭਾ ਮੈਂਬਰ ਸੁਬਰਾਮਣੀ ਸਵਾਮੀ ਨੇ। ਸੁਬਰਾਮਣੀ ਸਵਾਮੀ ਨੇ ਬਿਆਨ ਦਿੱਤਾ ਕਿ ਲਾਂਘੇ ਦਾ ਕੰਮ ਜਿੱਥੇ ਹੈਗਾ ਉੱਥੇ ਹੀ ਰੋਕ ਦੇਣਾ ਚਾਹੀਦਾ ਹੈਗਾ ਅਤੇ ਜਦੋਂ ਪਾਕਿਸਤਾਨ ਦੇ ਟੋਟੇ ਕਰ ਲਵੇਗਾ ਭਾਰਤ ਉਦੋਂ ਇਹ ਲਾਂਘਾ ਵੀ ਖੁੱਲ੍ਹ ਦਿੱਤਾ ਜਾਵੇਗਾ। ਇਹੋ ਜਿਹੇ ਕਈ ਬਿਆਨ ਦਿੱਤੇ ਹੈਗੇ ਆ ਜਿਹੜੇ ਕਿ ਸੁਣਨ ਵਾਲੇ ਅਤੇ ਉਸ ਤੋਂ ਬਾਅਦ ਵਿਚਾਰ ਕਰਨ ਵਾਲੇ ਹੈਗੇ ਆ। ਇਹ ਸਭ ਦੇ ਵਿਚਾਲੇ ਸਿਆਸੀ ਘਮਸਾਨ ਸ਼ੁਰੂ ਹੋ ਗਿਆ। ਧਾਰਮਿਕ ਜਥੇਬੰਦੀਆਂ ਨੇ ਜਿੱਥੇ ਇਤਰਾਜ਼ ਜਤਾਇਆ ਹੈਗਾ ਉੱਥੇ ਜਿਹੜੀਆਂ ਵਿਰੋਧੀ ਧਿਰਾਂ ਹੈਗੀਆਂ ਉਹਨਾਂ ਨੇ ਵੀ ਇਤਰਾਜ਼ ਜਤਾਇਆ ਹੈਗਾ। ਇੱਥੋਂ ਤੱਕ ਮੰਗ ਕਰ ਦਿੱਤੀ ਗਈ ਕਾਂਗਰਸ ਵੱਲੋਂ ਕਿ ਸੁਬਰਾਮਣੀ ਸਵਾਮੀ 'ਤੇ ਮਾਮਲਾ ਦਰਜ ਹੋਣਾ ਚਾਹੀਦਾ। ਸਵਾਲ ਬੜੇ ਮਹੱਤਵਪੂਰਨ ਪੁੱਛੇ ਜਾਣਗੇ ਇਸ ਡਿਬੇਟ ਦੇ ਵਿੱਚ, ਕੋਸ਼ਿਸ਼ ਅਸੀਂ ਕਰਾਂਗੇ ਜ਼ਰੂਰ, ਪਰ ਸਵਾਲ ਮਹੱਤਵਪੂਰਨ ਇੱਕੋ ਹੀ ਪੁੱਛਿਆ ਜਾਵੇਗਾ, ਕਰਤਾਰਪੁਰ ਲਾਂਘੇ 'ਤੇ ਸਵਾਮੀ ਦੀ ਕਰਾਰੀ ਕਿਉਂ ਫਸੇ? ਲਾਂਘੇ ਦੇ ਸਿਆਸਤ ਸਟੋਰੀ 'ਤੇ ਅੱਜ ਬਹਿਸ ਇਸ ਲਈ ਕਰ ਰਹੇ ਤਾਂ ਟੂ ਦਾ ਪੁਆਇੰਟ ਵੇ ਤੁਹਾਨੂੰ ਪੁਆਇੰਟ ਟੂ ਪੁਆਇੰਟ ਦੱਸੀਏ। ਕਰਤਾਰਪੁਰ ਲਾਂਘੇ 'ਤੇ ਰਾਜ ਸਭਾ ਮੈਂਬਰ ਸੁਬਰਾਮਣੀ ਸਵਾਮੀ ਦੇ ਬਿਆਨ 'ਤੇ ਸਿਆਸੀ ਘਮਸਾਨ ਜਾਰੀ ਹੈ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵਾਰ ਕੀਤਾ ਕਿ ਸਵਾਮੀ 'ਤੇ FIR ਦਰਜ ਹੋਵੇ। ਚੰਡੀਗੜ੍ਹ ਵਿੱਚ ਸਵਾਮੀ ਨੇ ਕਿਹਾ ਸੀ ਲਾਂਘੇ ਦਾ ਕੰਮ ਜਿੱਥੇ ਆ ਉੱਥੇ ਰੋਕ ਦੇਣਾ ਚਾਹੀਦਾ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਵੀ ਇਸ ਬਿਆਨ ਦੀ ਨਿਖੇਧੀ ਕਰ ਚੁੱਕੇ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਮਦਮੀ ਟਕਸਾਲ ਸਣੇ ਸਾਰੀਆਂ ਸਿੱਖ ਜਥੇਬੰਦੀਆਂ ਨੇ ਇਤਰਾਜ਼ ਜਤਾਇਆ। ਸ਼੍ਰੋਮਣੀ ਅਕਾਲੀ ਦਲ ਨੇ ਵੀ ਇਤਰਾਜ਼ ਜਤਾਇਆ ਹੈਗਾ, ਪਰ ਸ਼੍ਰੋਮਣੀ ਅਕਾਲੀ ਦਲ ਦੇ ਕਿਹੜੇ ਲੀਡਰ ਨੇ ਇਤਰਾਜ਼ ਜਤਾਇਆ, ਸਵਾਲ ਵੀ ਪੁੱਛਿਆ ਜਾਵੇਗਾ ਜ਼ਰੂਰ। ਪਾਕਿਸਤਾਨ ਦੇ ਸਾਬਕਾ ਫੌਜ ਮੁਖੀ ਮਿਰਜ਼ਾ ਅਸਲਮ ਬੇਗ ਨੇ ਲਾਂਘੇ ਨੂੰ ਖਾਲਿਸਤਾਨ ਨਾਲ ਜੋੜਨ ਵਾਲਾ ਵਿਵਾਦਤ ਬਿਆਨ ਦਿੱਤਾ ਸੀ, ਉਸ 'ਤੇ ਵੀ ਬਹੁਤ ਸਾਰੇ ਕਮੈਂਟਸ ਆ ਰਹੇ ਆ। ਬਿਆਨ ਸਵਾਮੀ ਦਾ ਕੀ ਆਇਆ ਅਤੇ ਉਸ ਤੋਂ ਬਾਅਦ ਕਿਹੜੇ ਬਿਆਨ ਆਏ, ਪਹਿਲਾਂ ਸੁਣ ਲਈਏ। ਮੈਨੂੰ ਲੱਗਦਾ ਹੈ ਜੋ ਸਵਾਮੀ ਨੇ ਬਿਆਨ ਦਿੱਤਾ ਹੈ ਉਹ ਕੇਵਲ ਰਾਜਨੀਤੀ ਸੇ ਪ੍ਰੇਰਿਤ ਹੈ, ਉਨਕੀ ਆਪਣੀ ਨਿੱਜੀ ਸੋਚ ਹੋ ਸਕਤੀ ਹੈ, ਲੇਕਿਨ ਦੇਸ਼ ਕੇ ਅੰਦਰ ਅਗਰ ਕੋਈ ਐਸਾ ਮਾਨਤਾ ਹੈ ਕਿ ਸਿੱਖ ਵਹਾਂ ਜਾਏਂਗੇ ਰੈਡੀਕਲ ਹੋ ਜਾਏਂਗੇ, ਤੋ ਮੈਂ ਉਨਕੋ ਯੇ ਚੇਤਾਵਨੀ ਦੇਣਾ ਚਾਹਤਾ ਹੂੰ, ਸਿੱਖੋਂ ਸੇ ਬੜਾ ਕੋਈ ਦੇਸ਼ ਭਗਤ ਨਹੀਂ ਹੋ ਸਕਤਾ। ਬਾਰ ਬਾਰ ਹਮਾਰੇ ਲੀਏ ਐਸੇ ਸ਼ਬਦੋਂ ਕਾ ਇਸਤੇਮਾਲ ਔਰ ਚਾਇਨ ਨਾ ਕਰੇ ਜਿਸਕੇ ਕਾਰਨ ਦੁਨੀਆ ਭਰ ਕੇ ਅੰਦਰ ਸਿੱਖੋਂ ਕੋ ਠੇਸ ਪਹੁੰਚੇ। ਦੇਖੋ ਜੀ, ਲਾਂਘਾ ਜਿਹੜਾ ਹੈਗਾ ਖੁੱਲ੍ਹਣਾ ਹੀ ਖੁੱਲ੍ਹਣਾ ਹੈ। ਅਸੀਂ ਬੜੀ ਸਪਸ਼ਟ ਨੀਤੀ ਕਰ ਦਿੰਦੇ ਹਾਂ, ਜਿੰਨੀ ਮਰਜ਼ੀ ਆਪਸ ਵਿੱਚ ਖਟਾਸ ਹੋਵੇ, ਪਾਕਿਸਤਾਨ ਦੇ ਫਾਰਨ ਮਿਨਿਸਟਰ ਨੇ ਇਹ ਗੱਲ ਕਹੀ ਹੈਗੀ ਕਿ ਲਾਂਘਾ ਜਿਹੜਾ ਵਕਤ ਸਿਰ ਖੁੱਲ੍ਹੇਗਾ, ਔਰ ਪਾਕਿਸਤਾਨ ਸਰਕਾਰ ਜਿਹੜੀ ਕਿ ਆਪਣੀ ਇਕਾਨਮੀ ਦੀ ਇਤਨੀ ਚੰਗੀ ਨਾ ਹਾਲਾਤ ਹੋਣ ਦੇ ਉੱਤੇ ਵੀ ਉਹਨਾਂ ਨੇ ਹਜ਼ਾਰਾਂ ਕਰੋੜ ਰੁਪਏ ਉੱਥੇ ਖਰਚੇ ਹਨ। ਕਿ ਸੁਬਰਾਮਨੀਅਮ ਸਵਾਮੀ, ਮੈਨੂੰ ਇਹ ਨਹੀਂ ਪਤਾ ਕਿ ਉਹ ਕਿਸ ਏਜੰਸੀ ਦਾ ਆਦਮੀ ਹੈ। ਜਦੋਂ ਖਾਲਿਸਤਾਨ ਦਾ ਟਾਈਮ ਸੀ ਇਹ ਆਦਮੀ ਓਪਨਲੀ ਭਿੰਡਰਾਂ ਵਾਲੇ ਦੀ ਫੇਵਰ 'ਚ ਬੋਲਦਾ ਰਿਹਾ, ਇਹ ਆਦਮੀ ਸੈਪਰੇਟ ਜਿਹੜੇ ਹੈਗੇ ਨੇ ਟੈਰਰਿਸਟ ਨੇ ਉਹਨਾਂ ਦੀ ਫੇਵਰ 'ਚ ਬੋਲਦਾ ਰਿਹਾ, ਅਤੇ ਅੱਜ ਇਸ ਆਦਮੀ ਨੇ ਸਿੱਖਾਂ ਦੇ ਉੱਪਰ ਜਿਹੜਾ ਇਹ ਗੁਰਦੁਆਰਾ ਸਾਹਿਬ ਦੀ ਗੁਰੂ ਨਾਨਕ ਸਾਹਿਬ ਦੀ ਜਿਹੜੀ ਸ਼ਾਂਤੀ ਦਾ ਮਿਸ਼ਨ ਆ ਉਹਨੂੰ ਸੈਬੋਟਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੋ ਬਿਆਨ ਆ ਸ਼੍ਰੀ ਸੁਬਰਾਮਨੀਅਮ ਸਵਾਮੀ ਜੀ ਨੇ ਕਰਤਾਰਪੁਰ ਸਾਹਿਬ ਕੋਰੀਡੋਰ ਵਾਸਤੇ ਦਿੱਤਾ, ਮੈਂ ਸਮਝਦਾ ਕਿ ਬਹੁਤ ਅਨਫੋਰਚੁਨੇਟ, ਬਹੁਤ ਮੰਦਭਾਗ ਹੈ, ਉਹਨਾਂ ਨੂੰ ਇਸ ਦਾ ਮਾਫ਼ੀ ਮੰਗਣੀ ਚਾਹੀਦੀ ਹੈ, ਕਿਉਂਕਿ ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਨਾਲ ਇਕੱਲੇ ਪੰਜਾਬੀਆਂ ਦਾ ਜਾਂ ਸਿੱਖਾਂ ਦੇ ਨਹੀਂ, ਸਮੁੱਚੇ ਮੁਲਕ ਦੇ ਵਿੱਚ ਵੱਸਦੇ ਲੋਕਾਂ ਦੀਆਂ ਭਾਵਨਾਵਾਂ ਨੇ ਜਿਹੜੀਆਂ ਜੁੜੀਆਂ ਹੋਈਆਂ ਨੇ। ਜਿੱਥੋਂ ਤੱਕ ਰਿਹਾ ਪਾਕਿਸਤਾਨ ਦਾ ਸਵਾਲ, ਪਾਕਿਸਤਾਨ ਦੇ ਪਿਛਲੇ 70 ਸਾਲਾਂ ਤੋਂ ਹੀ ਇਰਾਦੇ ਨੇ ਜਿਹੜੇ ਉਹ ਬੜੇ ਮਾੜੇ ਔਰ ਮੁਲਕ ਦੇ ਖਿਲਾਫ ਰਹੇ ਨੇ। ਪਰ ਨਹੀਂ, ਉਹ ਬਣਨਾ ਹੀ ਨਹੀਂ ਚਾਹੀਏ, ਜ਼ਰੂਰਤ ਅਭੀ ਜ਼ਰੂਰਤ ਨਹੀਂ ਹੈ, ਜਬ ਪਾਕਿਸਤਾਨ ਕਾ ਚਾਰ ਟੁਕੜਾ ਕਰੇਂਗੇ ਤੋ ਹਮ ਹੀ ਬਣਾ ਦੇਂਗੇ, ਅਭੀ ਮੇਰੀ ਰਾਏ ਮੇਂ ਇਸਕੋ ਆਗੇ ਨਹੀਂ ਬਣਾਨਾ। ਮੈਂ ਕਹਿ ਰਹਾ ਹੂੰ ਕਿ ਆਗੇ ਨਹੀਂ ਜਾਣਾ ਚਾਹੀਏ, ਬਨ ਤੋ ਗਿਆ ਇੱਕ ਹਿੱਸਾ, ਤੋ ਮੈਂ ਨਹੀਂ ਕਹਿ ਰਹਾ ਹੂੰ ਕਿ ਜਾ ਕੇ ਤੋੜੋ, ਮੈਂ ਕਹਤਾ ਹੂੰ ਆਗੇ ਮਤ ਬੜੋ ਇਸਮੇਂ। ਵੱਡਾ ਸਵਾਲ ਇਸ ਡਿਬੇਟ ਦੇ ਵਿੱਚ ਇੱਕੋ ਪੁੱਛਿਆ ਜਾਵੇਗਾ, ਵੱਡਾ ਸਵਾਲ ਇਹ ਪੁੱਛਿਆ ਜਾਵੇਗਾ, ਕਰਤਾਰਪੁਰ ਲਾਂਘੇ ਤੇ ਭਾਜਪਾ ਆਗੂ ਸਵਾਮੀ ਦੇ ਬਿਆਨ ਨਾਲ ਕਿਹੜੀ ਸਿਆਸਤ ਸਹਿਮਤ ਹੈ? ਇਸ ਸਵਾਲ ਤੇ ਬਹਿਸ ਕਰਾਂਗੇ, ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰਫ ਕਰਾ ਰਿਹਾ। ਚੰਚ ਮਨੋਹਰ ਸਿੰਘ ਸੀਨੀਅਰ ਪੱਤਰਕਾਰ ਨੇ, ਅਕਸਰ ਪਾਕਿਸਤਾਨ ਵੀ ਡੈਲੀਗੇਸ਼ਨ ਲੈ ਕੇ ਜਾਂਦੇ ਰਹੇ ਆ ਅਤੇ ਹੁਣ ਵੀ ਜਾਂਦੇ ਹੈਗੇ ਆ, ਤਕਰੀਬਨ 40 ਵਾਰ ਪਾਕਿਸਤਾਨ ਜਾ ਚੁੱਕੇ ਹੈਗੇ। ਚੰਚ ਮਨੋਹਰ ਸਿੰਘ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਇਹਨਾਂ ਬਿਆਨਾਂ ਦੇ ਮਤਲਬ ਹੈ ਕਿ। ਚੰਚ ਮਨੋਹਰ ਸਿੰਘ ਜੀ, ਤੁਹਾਡਾ ਬਹੁਤ ਸਵਾਗਤ ਹੈ। ਹਰਜੀਤ ਸਿੰਘ ਗਰੇਵਾਲ, ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਆ, ਗਰੇਵਾਲ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਚੰਚ ਜੀ ਸਿੰਘ ਬਰਾੜ, ਸ਼੍ਰੋਮਣੀ ਅਕਾਲੀ ਦਾ ਬੁਲਾਰੇ ਆ, ਬਰਾੜ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਗੁਰਪ੍ਰਤਾਪ ਸਿੰਘ ਰਿਆੜ, ਇਹ ਸ਼੍ਰੋਮਣੀ ਅਕਾਲੀ ਦਾ ਟਕਸਾਲੀ ਦੇ ਬੁਲਾਰੇ ਆ, ਤੁਹਾਡਾ ਬਹੁਤ ਸਵਾਗਤ ਹੈ। ਰਿਆੜ ਸਾਹਿਬ ਵਿਜੇ ਭਾਰਦਵਾਜ ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਦੇ ਬੁਲਾਰੇ ਆ, ਭਾਰਦਵਾਜ ਸਾਹਿਬ ਮੈਨੂੰ ਲੱਗਦਾ ਉੱਥੇ ਸੀ ਜਦੋਂ ਇਹ ਬਿਆਨ ਹੋਇਆ, ਇਹਨਾਂ ਤੁਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਬਿਆਨ ਦਾ ਮਤਲਬ ਹੈ ਕੀ ਹੈ। ਗਰੇਵਾਲ ਸਾਹਿਬ, ਸੁਬਰਾਮਨੀਅਮ ਸਵਾਮੀ ਦੇ ਬਿਆਨ ਦੇ ਨਾਲ ਭਾਰਤੀ ਜਨਤਾ ਪਾਰਟੀ ਜਾਂ ਕੇਂਦਰ ਸਰਕਾਰ ਇਤਫਾਕ ਰੱਖਦੀ ਹੈ?
ਨਹੀਂ ਉਹ ਉਹਨਾਂ ਦਾ ਨਿੱਜੀ ਬਿਆਨ ਆ, ਉਹ ਪਹਿਲਾਂ ਵੀ ਇਸ ਤਰ੍ਹਾਂ ਦੇ ਬਿਆਨ, ਸਟੇਟ ਲੀਡਰਸ਼ਿਪ ਦੇ ਬਿਆਨ ਦੇ ਰਹੀ ਹੈ ਜਾਂ ਸੈਂਟਰ ਲੀਡਰਸ਼ਿਪ ਦੇ ਬਿਆਨ ਦੇ ਰਹੀ ਹੈ, ਜਿਹੜਾ ਜਿਹੜਾ ਤੁਸੀਂ ਬਿਆਨ ਦੇ ਰਹੇ ਹੋ? ਸੈਂਟਰ ਲੀਡਰਸ਼ਿਪ ਦਾ ਵੀ ਇਹੀ ਮਤ ਆ, ਸਟੇਟ ਲੀਡਰਸ਼ਿਪ ਦਾ, ਸੈਂਟਰ ਲੀਡਰਸ਼ਿਪ ਚੋਂ ਕਿਸੇ ਨੇ ਬਿਆਨ ਦਿੱਤਾ ਸਵਾਮੀ ਦੇ ਬਿਆਨ ਦੀ ਵਿਰੋਧਤਾ ਕੀਤੀ? ਕਿਸੇ ਨੇ ਦੱਸਿਆ ਕਿ ਨਿੱਜੀ ਬਿਆਨ ਹੈ? ਸੈਂਟਰ ਲੀਡਰਸ਼ਿਪ ਲਈ ਇਹਨਾਂ ਦੇ ਬਿਆਨ ਦਾ ਕੋਈ ਮਹੱਤਵ ਨਹੀਂ ਹੈ, ਔਰ ਇਹਦੇ 'ਚ ਨਾ ਲਾਂਘੇ 'ਤੇ ਕੋਈ ਅਸਰ ਪੈਣਾ। ਜਿਸ ਤਰ੍ਹਾਂ ਮਿਰਜ਼ਾ ਅਸਲਮ ਜਿਹੜੇ ਆ ਆਰਮੀ ਚੀਫ ਨੇ, ਉਹਨਾਂ ਨੇ ਬਿਆਨ ਦਿੱਤਾ ਕਿ ਇਹਨੂੰ ਖਾਲਿਸਤਾਨ ਦੇ ਲਈ ਅਸੀਂ ਇਸਤੇਮਾਲ ਕਰਾਂਗੇ ਲਾਂਘੇ ਨੂੰ, ਉਹਦਾ ਕੋਈ ਮਹੱਤਵ ਨਹੀਂ ਹੈ। ਇਸੇ ਤਰ੍ਹਾਂ ਇਸ ਦਾ ਵੀ ਕੋਈ ਮਹੱਤਵ ਨਹੀਂ ਹੈ। ਇਹ ਠੀਕ ਆ ਕਿ ਲੋਕ ਆਪਣੇ ਆਪਣੇ ਤਰੀਕੇ ਨਾਲ ਕਿਸੇ ਨੂੰ ਬੋਲਣ ਦੀ ਆਦਤ ਹੁੰਦੀ ਹੈ, ਜਿਸ ਤਰ੍ਹਾਂ ਪਹਿਲਾਂ ਵੀ ਪਾਰਟੀ ਲਾਈਨ ਤੋਂ ਬੀਜੇਪੀ ਕਾਰਵਾਈ ਕਿਉਂ ਨਹੀਂ ਕਰਦੀ ਫਿਰ? ਜੇ ਬੀਜੇਪੀ ਲਈ ਇਸ ਬਿਆਨ ਦਾ ਕੋਈ ਮਤਲਬ ਨਹੀਂ ਹੈ ਗਰੇਵਾਲ ਸਾਹਿਬ, ਨਹੀਂ ਨਹੀਂ ਜੇ ਤੁਸੀਂ ਇੱਦਾਂ ਹੀ ਪੱਲਾ ਝਾੜਨਾ ਹੈ ਗਰੇਵਾਲ ਸਾਹਿਬ ਤੇ ਕਾਰਵਾਈ ਕਰੋ ਨਾ ਕੋਈ। ਮੈਂ ਦੱਸ ਦਿੰਦਾ ਸੁਣ ਲਓ। ਪਹਿਲਾਂ ਇਹਨਾਂ ਨੇ ਜਰਨੈਲ ਸਿੰਘ ਪਿੰਡਰਾਂਵਾਲੇ ਲਈ ਵੀ ਬਿਆਨ ਦਿੱਤਾ ਸੀ ਕਿ ਉਹ ਬਹੁਤ ਅੱਛੇ ਸੰਤ ਸੀ, ਮੇਰੇ ਅੱਛੇ ਮਿੱਤਰ ਸੀ, ਔਰ ਉਹ ਕੋਈ ਦੇਸ਼ ਵਿਰੋਧੀ ਕੰਮ ਨਹੀਂ ਕਰਦੇ ਸੀ। ਸਾਡੀ ਪਾਰਟੀ ਦਾ ਸਿੱਧਾ ਸਿੱਧਾ ਮਤ ਆ ਕਿ ਉਹ ਦੇਸ਼ ਵਿਰੋਧੀ ਵਿਚਾਰਧਾਰਾ ਸੀ, ਅਸੀਂ ਉਹਦੇ ਨਾਲ ਬਿਲਕੁਲ ਸਹਿਮਤ ਨਹੀਂ ਹੈਗੇ। ਤਾਂ ਉਹਦੇ 'ਤੇ ਵੀ ਇਹਨਾਂ ਨੇ ਬਿਆਨ ਦਿੱਤਾ ਸੀ, ਅਤੇ ਫਿਰ ਤੁਸੀਂ ਕਹੋਗੇ ਉਹਦੇ 'ਤੇ ਕਾਰਵਾਈ ਨਹੀਂ ਕੀਤੀ। ਕੁਛ ਬੰਦਿਆਂ ਦੀ ਆਦਤ ਹੁੰਦੀ ਹੈ, ਉਹ ਕੁਛ ਨਾ ਕੁਛ ਇਸ ਤਰ੍ਹਾਂ ਦੀ ਗੱਲ ਕਰ ਦਿੰਦੇ ਆ। ਜਦੋਂ ਕਾਰਵਾਈ ਕਰਨ ਦੀ ਜ਼ਰੂਰਤ ਪਊਗੀ ਉਦੋਂ ਸਾਡੀ ਪਾਰਟੀ ਕਾਰਵਾਈ ਵੀ ਕਰਦੀ ਹੈ, ਐਸੀ ਕੋਈ ਗੱਲ ਨਹੀਂ ਹੈ, ਔਰ ਅਜੇ ਉਹ ਜ਼ਰੂਰਤ ਨਹੀਂ ਆਈ ਹੈ। ਪਰ ਇਹਨਾਂ ਦੇ ਬਿਆਨ ਨਾਲ ਸਾਡੀ ਪਾਰਟੀ ਬਿਲਕੁਲ ਸਹਿਮਤ ਨਹੀਂ ਹੈ, ਔਰ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣਾ ਚਾਹੀਦਾ, ਸਾਡੀ ਸਰਕਾਰ ਉਹਦੇ ਲਈ ਸੁਹਿਰਦ ਆ, ਸਾਡਾ ਪ੍ਰਧਾਨ ਮੰਤਰੀ ਉਹਦੇ ਲਈ ਸੁਹਿਰਦ ਨੇ, ਔਰ ਇਹ ਲਾਂਘਾ ਜ਼ਰੂਰ ਖੁੱਲ੍ਹੇਗਾ। ਸ਼੍ਰੋਮਣੀ ਅਕਾਲੀ ਦਲ ਦਾ ਕੀ ਸਟੈਂਡ ਹੈਗਾ? ਸ਼੍ਰੋਮਣੀ ਅਕਾਲੀ ਦਲ ਜ਼ਰੂਰ ਇਸ ਗੱਲ 'ਤੇ ਵਿਰੋਧਤਾ ਜਿਤਾਊਗਾ। ਪਰ ਬਰਾੜ ਸਾਹਿਬ, ਜਿਹੜਾ ਸਵਾਲ ਹੈਗਾ ਕਿ ਸੈਂਟਰ ਲੀਡਰਸ਼ਿਪ ਤੋਂ ਕੋਈ ਬਿਆਨ ਮਿਸਟਰ ਸਵਾਮੀ ਦੇ ਅਗੇਂਸਟ ਨਹੀਂ ਆਇਆ, ਇਹਦਾ ਮਤਲਬ ਕਿਸੇ ਨਾ ਕਿਸੇ ਦੀ ਸ਼ਹਿ ਪ੍ਰਾਪਤ ਹੈ ਮਿਸਟਰ ਸਵਾਮੀ ਨੂੰ? ਹਜ਼ਾਰਾਂ ਬੰਦਾ ਇਹੋ ਜਿਹਾ ਜਿਹੜਾ ਬੇਵਾਹੀਆਤ ਬੋਲਦਾ ਫਿਰਦਾ ਰਹਿੰਦਾ, ਅਤੇ ਉਹਦੇ 'ਤੇ ਕੋਈ ਜ਼ਰੂਰੀ ਨਹੀਂ ਵੀ ਕਿਸੇ ਨੇ ਕੋਈ ਬਿਆਨ ਦੇਣਾ। ਪਰ ਜਿੱਥੇ ਤੱਕ ਕਰਤਾਰਪੁਰ ਸਾਹਿਬ ਲਾਂਘੇ ਦੀ ਗੱਲ ਹੈ, ਪ੍ਰਧਾਨ ਮੰਤਰੀ ਸਾਹਿਬ ਨੇ ਦੇਸ਼ ਦੇ ਨੇ ਡੇਟ ਬੰਨ ਰੱਖੀ ਹੈ ਕਿ ਮੈਂ ਕਿਸ ਦਿਨ ਨੂੰ ਉਦਘਾਟਨ ਕਰਨਾ ਹੈ। ਇੱਦੋਂ ਵੱਡੀ ਉਹਨਾਂ ਦੇ ਮੂੰਹ 'ਤੇ ਚਪੇੜ ਕੀ ਹੋ ਸਕਦੀ? ਮੈਂ ਕਹੂੰਗਾ, ਹਾਲਾਂਕਿ ਹੋ ਸਕਦਾ ਇਹਨਾਂ ਦੀ ਪਾਰਟੀ ਦੇ ਤਾਂ ਉਹਨਾਂ ਬੋਲ ਨਹੀਂ ਸਕੇ, ਮੈਂ ਬੋਲ ਦਿੰਦਾ ਕਿ ਜਿੱਥੇ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਤਾਂ ਸਮਝ ਲਓ ਦਿਲ ਦੀਆਂ ਪੂਰੀਆਂ ਹੋਣ ਜਾ ਰਹੀਆਂ, ਇਹ ਪਤਾ ਨਹੀਂ ਵਿੱਚੋਂ ਹੀ ਕਿਧਰੋਂ ਆ ਕੇ ਘੜਝੋਲ ਮਾਰਨ ਨੂੰ ਇੱਥੇ, ਨਾ ਇਹਨਾਂ ਦੀ ਕੋਈ ਗੱਲ ਸੁਣੀ ਜਾਣੀ ਹੈ। ਮੇਰੀ ਬੇਨਤੀ ਸੁਣ ਲਓ ਪਹਿਲਾਂ, ਗੱਲ ਪੂਰੀ ਕਰ ਲਓ। ਠੀਕ ਹੈ ਬ੍ਰਾਟ ਸਾਹਿਬ, ਤੁਸੀਂ ਗੱਲ ਪੂਰੀ ਕਰ ਲਓ। ਬ੍ਰਾਟ ਸਾਹਿਬ ਰਾਜ ਸਭਾ ਮੈਂਬਰ ਹੈ ਕਿ ਆ, ਇਹ ਤਾਂ ਹੈ ਨਹੀਂ ਕੋਈ ਆਰਾ ਗਰਾ ਜਿਹਨੇ ਬਿਆਨ ਦਿੱਤਾ। ਮੈਨੂੰ ਇੱਕ ਬੇਨਤੀ ਹੈ ਨਾ, ਜਾਂ ਤਾਂ ਇਹਨਾਂ ਦੀ ਪਾਰਟੀ ਦਾ ਸਟੈਂਡ ਹੋਵੇ, ਫਿਰ ਤਾਂ ਅਸੀਂ ਕੁਝ ਵੀ ਬੋਲੀਏ। ਮੈਂ ਤਾਂ ਕਹਿੰਦਾ ਉਹਨਾਂ ਦਾ ਜਾਤੀ ਬਿਆਨ ਹੈ, ਪਰ ਇਹੋ ਜਿਹੇ ਬੰਦੇ ਨੂੰ ਆਪਦੇ ਜ਼ਬਾਨ 'ਤੇ ਲਗਾਮ ਰੱਖਣੀ ਚਾਹੀਦੀ ਹੈ, ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨਾਲ ਨਹੀਂ ਖੇਡਣਾ ਚਾਹੀਦਾ। ਪਹਿਲੀ ਗੱਲ ਤਾਂ ਇੱਕ, ਅਸੀਂ ਪਾਰਟੀ ਦੇ ਤੌਰ 'ਤੇ ਵੀ ਕੰਡੈਮ ਕੀਤਾ, ਮੈਂ ਫਿਰ ਕੰਡੈਮ ਕਰਦਾ, ਔਰ ਮੈਂ ਹੱਥ ਜੋੜ ਕੇ ਸਾਰਿਆਂ ਨੂੰ ਵੀ ਬੇਨਤੀ ਕਰੂੰਗਾ, ਇਸ ਲਾਂਘੇ ਦੇ ਨਾਲ ਜੁੜੇ ਹੋਏ ਜਿਹੜੇ ਵੀ ਸੱਜਣ ਕੋਈ ਬਿਆਨ ਦਿੰਦੇ ਆ, ਕਿਰਪਾ ਕਰਕੇ ਅੱਜ ਦੋਨੋਂ ਦੇਸ਼ ਦੇ ਪ੍ਰਧਾਨ ਮੰਤਰੀ ਇਸ ਗੱਲ 'ਤੇ ਸਹਿਮਤ ਹੋ ਕੇ ਲਾਂਘਾ ਖੋਲ੍ਹਣ ਜਾ ਰਿਹਾ, ਸਾਡੇ 500 ਸਾਲਾ ਜਿਹੜਾ ਸਾਡਾ ਗੁਰੂ ਨਾਨਕ ਦੇਵ ਜੀ ਦਾ ਆ ਰਿਹਾ, ਅਤੇ ਕਿਉਂ ਆਪਾਂ ਇਹਦੇ ਵਿੱਚ ਕੋਈ ਨਾ ਕੋਈ ਬੇੜੀਆਂ 'ਚ ਵੱਟੇ ਪਾਉਣ 'ਤੇ ਲੱਗੇ ਹੋਏ ਆ ਬਿਆਨ ਦੇ ਕੇ? ਇਸ ਕਰਕੇ ਕਿਰਪਾ ਕਰਕੇ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਹੈ, ਪਾਕਿਸਤਾਨ ਵਾਲਿਆਂ ਨੇ ਵੀ ਡੇਟ ਬੰਨ ਲਈ ਆਪਦੀ ਉਦਘਾਟਨ ਦੀ, ਹਿੰਦੁਸਤਾਨ ਦੀ ਤਰਫੋਂ ਵੀ ਵੱਜੀ ਹੈਗੀ, ਅਤੇ ਕਿਰਪਾ ਕਰਕੇ ਆਪਾਂ ਕੋਈ ਬਿਆਨਬਾਜ਼ੀਆਂ ਕਰਕੇ ਇਹਦੇ ਵਿੱਚ ਬਖੇੜਾ ਖੜਾ ਨਾ ਕਰੀਏ। ਇਹ ਬੜੀ 72 ਸਾਲਾਂ ਬਾਅਦ ਅਰਦਾਸਾਂ ਪੂਰੀਆਂ ਹੋ ਰਹੀਆਂ। ਮਿਸਟਰ ਬਾਦਲ ਨੇ ਕੰਡੈਮ ਕੀਤਾ ਇਸ ਬਿਆਨ ਨੂੰ। ਦੇਖੋ, ਪਾਰਟੀ ਨੇ ਕੰਡੈਮ ਕਰਤਾ, ਮਿਸਟਰ ਬਾਦਲ ਨੇ ਕੀਤਾ। ਬਾਦਲ ਕੁਚੋਂ ਮਤਲਬ ਕੋਈ ਸਮਝਦੇ ਨਹੀਂ ਵੀ ਸੁਬਰਾਮਨੀਅਨ ਦੇ ਬਿਆਨ ਦੀ ਕੋਈ ਅਹਿਮੀਅਤ ਹੈ। ਜਦੋਂ ਪ੍ਰਧਾਨ ਹਰਸਿੰਘ ਕੋ ਬਾਦਲ ਨੂੰ ਬਿਆਨ ਦੇਣਾ ਚਾਹੀਦਾ ਸੀ? ਕਿਉਂ ਦਈਏ ਯਾਰ, ਮੈਨੂੰ ਇੱਕ ਗੱਲ ਦੱਸੋ, ਪਿੰਡ ਦੇ ਸਰਪੰਚ ਦੇ ਬਿਆਨ 'ਚ ਨਹੀਂ ਬਿਆਨ ਨਹੀਂ ਉਹਦੀ ਅਹਿਮੀਅਤ ਨਹੀਂ ਉਹਦੇ ਬਿਆਨ ਦੀ? ਜਦੋਂ ਪ੍ਰਧਾਨ ਮੰਤਰੀ ਸਾਹਿਬ ਨੇ ਤਾਂ ਡੇਟ ਡਿਕਲੇਅਰ ਕਰ ਰੱਖੀ ਹੈ ਉਦਘਾਟਨ ਦੀ, ਤੇ ਉਹਦੇ ਬਿਆਨ ਦਾ ਕੀ ਮਾਇਨਾ ਰੱਖਦਾ? ਠੀਕ ਹੈ ਵਿਜੇ ਭਾਰਦਵਾਜ ਸਾਹਿਬ, ਇਹ ਤੁਹਾਡੇ ਸਾਹਮਣੇ ਬਿਆਨ ਹੋਇਆ ਸੀ ਜੀ, ਤੁਸੀਂ ਇਸ ਬਿਆਨ ਦੇ ਨਾਲ ਇਤਫਾਕ ਰੱਖਦੇ ਹੋ? ਮੈਂ ਐਜ਼ ਏ ਪੰਜਾਬੀ ਹਿੰਦੂ ਹੋਣ ਦੇ ਨਾਤੇ ਮੈਂ ਆਪਣੇ ਮਨ ਦੀ ਗੱਲ ਕਹੂੰਗਾ। ਇੱਕ ਮੈਂ ਇਕੱਲੀ ਆਪਣੇ ਨਹੀਂ, ਜਿਹੜੇ ਪੰਜਾਬ ਦੇ ਹਿੰਦੂ ਆ ਉਹਨਾਂ ਦੀ ਭਾਵਨਾ ਦੇ ਆਧਾਰ ਦੇ ਨਾਲ ਗੱਲ ਕਰਨਾ ਚਾਹੁੰਦਾ ਕਿ ਜੋ ਕੁਛ ਇਹ ਬਿਆਨ ਦਿੱਤਾ ਗਿਆ ਸੁਰਨਾਮ ਸਵਾਮੀ ਜੀ ਵੱਲੋਂ, ਮੇਰੇ ਖਿਆਲ 'ਚ ਕੋਈ ਵੀ ਹਿੰਦੂ ਇਹਦੇ ਨਾਲ ਸਹਿਮਤ ਨਹੀਂ ਹੈ, ਖਾਸ ਕਰ ਪੰਜਾਬੀ ਹਿੰਦੂ, ਜਿਹੜੇ ਤਾਂ ਹਿੰਦੂ ਜਿਵੇਂ ਤਾਮਿਲਨਾਡੂ ਦੇ ਆ ਸਵਾਮੀ ਜੀ। ਪਰਦੇਸ ਸਾਹਿਬ, ਤੁਸੀਂ ਇਹ ਹਿੰਦੂ ਸਿੱਖ ਵਾਲਾ ਮਸਲਾ ਨਾ ਖੜਾ ਕਰੋ। ਨਹੀਂ ਨਹੀਂ, ਅਸੀਂ ਇਨਸਾਨੀਅਤ ਦੀ ਗੱਲ ਕਰਦੇ ਹਾਂ, ਮਨੁੱਖਤਾ ਦੀ ਗੱਲ ਕਰਦੇ ਹਾਂ, ਨਹੀਂ ਇੱਦਾਂ ਨਾ ਕਰੋ, ਤੇ ਫਿਰ ਤਾਂ ਬਾਬੇ ਨਾਨਕ ਦਾ ਫਲਸਫਾ ਹੀ ਗਲਤ ਹੋ ਗਿਆ ਨਾ, ਫਿਰ ਤਾਂ ਬਾਬੇ ਨਾਨਕ ਦੇ ਫਲਸਫੇ ਨੂੰ ਤੁਸੀਂ ਉਲਟਾ ਰਹੇ ਹੋ। ਤੁਸੀਂ ਹੈ ਨਾ, ਮੇਰੀ ਗੱਲ ਸੁਣੋ, ਤੁਸੀਂ ਜਿਹੜੀ ਗੱਲ ਕਰਦੇ ਆ ਨਾ, ਜਿਵੇਂ ਤੁਸੀਂ ਮੈਨੂੰ ਬੁਲਾਇਆ ਇੱਥੇ ਵਾਸਤੇ ਵੀ ਹਿੰਦੂ ਦੇ ਕੀ ਵਿਚਾਰ ਆ, ਨਹੀਂ ਪਰਦਾ ਸਾਹਿਬ, ਨਹੀਂ ਮੈਂ ਹਿੰਦੂ ਦੇ ਵਿਚਾਰ ਜਾਣ ਵਾਸਤੇ ਬਣਾਇਆ ਗਾ, ਇਹ ਨਾਨਕ ਨਾਮ ਲੈ ਸੰਗਤ ਦੀ ਗੱਲ ਹੋ ਰਹੀ ਹੈ, ਤੁਸੀਂ ਉੱਥੇ ਮੌਜੂਦ ਸੀ ਇਸ ਲਈ ਤੁਹਾਨੂੰ ਸੱਦਿਆ ਗਿਆ ਪਰਦਾ ਸਾਹਿਬ। ਮੈਂ ਨਹੀਂ ਮੌਜੂਦ, ਮੈਂ ਤੁਹਾਨੂੰ ਦੱਸਿਆ ਕਿ ਮੈਂ ਮੌਜੂਦ ਸੀਗਾ, ਤੁਸੀਂ ਮੈਨੂੰ ਮੌਜੂਦ ਦੇ ਹੋਣ ਦੇ ਨਾਤੇ ਨਹੀਂ ਬੁਲਾਇਆ ਨਾ, ਜੇ ਤੁਸੀਂ ਕਹਿੰਦੇ ਮੈਂ ਮੌਜੂਦ ਨਹੀਂ ਸੀ ਤੁਹਾਨੂੰ ਸੱਦਣਾ ਹੀ ਨਹੀਂ ਸੀਗਾ। ਨਹੀਂ ਨਹੀਂ, ਮੈਂ
ਜਿਹੜੀਆਂ ਗੁਰਦੁਆਰੇ ਦੇ ਵਿੱਚ ਅਰਦਾਸਾਂ ਹੁੰਦੀਆਂ ਅਸੀਂ ਉਹਦੇ ਨਾਲ ਸਿੱਖਾਂ ਦੇ ਨਾਲ ਮੋਢੇ ਦੇ ਮੋਢੇ ਲਾ ਕੇ ਅਸੀਂ ਉਹ ਅਰਦਾਸਾਂ 'ਚ ਸ਼ਰੀਕ ਹੁੰਦੇ ਹਾਂ ਵੀ ਜਿਹੜੇ ਸਾਨੂੰ ਧਾਰਮਿਕ ਸਥਾਨਾਂ ਤੋਂ ਵਿਛੋੜਿਆ ਗਿਆ। ਨਹੀਂ ਜੀ ਇੰਨਾ ਹੀ ਸੀ, ਸਵਾਮੀ ਦੇ ਬਿਆਨ ਦੀ ਉੱਥੇ ਨਖੇਤੀ ਕਰਦੇ ਨਾ ਫਿਰ ਜਿੱਥੇ ਤੁਸੀਂ ਖੜੇ ਸੀਗੇ, ਉੱਥੇ ਕੋਈ ਬੋਲੇ ਫਿਰ ਤੁਸੀਂ ਉਹਦੀ ਵੀ ਗੱਲ ਕਰਾਂਗਾ, ਤੁਸੀਂ ਸਾਰੇ ਬੋਲਦੇ ਹੋ ਉੱਥੇ ਕੋਈ ਬੋਲੇ ਫਿਰ, ਮੈਂ ਉਹਦੀ ਵੀ ਗੱਲ ਕਰਾਂਗਾ ਜਿਹੜੀ ਸਵਾਮੀ ਜੀ ਨੇ ਗੱਲ ਕਹੀ ਸੀ ਕੀ ਕਾਰਨ ਸੀਗਾ ਗੱਲ ਕਹਿਣ ਦਾ, ਉਹਦੀ ਵੀ ਮੈਂ ਗੱਲ ਕਰਾਂਗਾ। ਉੱਥੇ ਦੇ ਪਾਕਿਸਤਾਨ ਦੇ ਜਨਰਲ ਨੇ ਜਿਸਲੇ ਇਹ ਗੱਲ ਕਹੀ ਵੀ ਅਸੀਂ ਇਸ ਲਾਂਘੇ ਨੂੰ ਆਤੰਕਵਾਦ ਵਾਸਤੇ ਇੱਥੋਂ ਬੰਦੇ ਤਿਆਰ ਕਰਕੇ, ਇੱਧਰ ਦੇ ਬੰਦੇ ਜਾ ਕੇ ਆਤੰਕਵਾਦੀ ਨਹੀਂ ਬਣਨਗੇ, ਅਸੀਂ ਉਧਰੋਂ ਆਤੰਕਵਾਦੀ ਕਿੱਦਾਂ ਤਿਆਰ ਕਰਕੇ ਇਹਨਾਂ ਤੁਸੀਂ ਸਵਾਲ ਹੀ ਨਹੀਂ ਸੁਣਦੇ ਪਏ ਸੀ ਉੱਥੇ। ਸਵਾਲ ਪਹਿਲਾਂ ਹੋਰ ਪੁੱਛਿਆ ਗਿਆ, ਉਹ ਮਿਰਜ਼ਾ ਅਸਲਮ ਬੇਗ ਦਾ ਸਵਾਲ ਤਾਂ ਬਾਅਦ ਵਿੱਚ ਆਇਆ ਸੀਗਾ, ਉਹ ਸਵਾਲ ਨੂੰ ਤਾਂ ਉਹਨਾਂ ਨੇ ਇਗਨੋਰ ਕੀਤਾ। ਨਹੀਂ ਨਹੀਂ ਉਹਨਾਂ ਨੂੰ ਮੇਰੀ ਗੱਲ ਮੈਂ ਤੁਹਾਨੂੰ ਦੱਸਦਾ, ਸਵਾਲ ਸੁਣਿਆ ਨਹੀਂ ਚੰਗੀ ਤਰ੍ਹਾਂ। ਮੈਂ ਉੱਥੇ ਸੀਗਾ, ਉਹਨਾਂ ਨੂੰ ਇਸ ਚੀਜ਼ ਦੀ ਜਾਣਕਾਰੀ ਸੀ, ਪੰਜਾਬ 'ਚ ਮੈਨੂੰ ਸਿੱਧਾ ਜਵਾਬ ਦੇਣਾ ਪੈਣਾ, ਇਸ ਕਰਕੇ ਉਹਨਾਂ ਨੇ ਆਪਣਾ ਮਾਇੰਡ ਪਹਿਲਾਂ ਹੀ ਬਣਾਇਆ ਸੀਗਾ ਮੈਨੂੰ ਕੀ ਇੱਥੇ ਕੁਐਸਚਨ ਹੋਣਾ, ਸਹੀ ਸੀ ਪ੍ਰੈਸ ਅਸੀਂ ਬੁਲਾ ਰੱਖੀ ਹੋਈ ਸੀਗੀ, ਉਹਨਾਂ ਨੂੰ ਪਤਾ ਸੀਗਾ ਵੀ ਇੱਥੇ ਕੀ ਕੁਐਸਚਨ ਹੋਏਗਾ, ਉਹਨਾਂ ਨੇ ਆਪਣੇ ਹਿਸਾਬ ਨਾਲ ਜਵਾਬ ਦਿੱਤਾ ਵੀ ਇਸ ਤਰੀਕੇ ਦੀ। ਤੁਹਾਨੂੰ ਇਹ ਪਤਾ ਸੀ ਉਹਨਾਂ ਨੇ ਮਾਇੰਡ ਪਹਿਲਾਂ ਬਣਾਇਆ ਹੋਇਆ ਸੀ, ਮਾਇੰਡ ਕਿਤੇ ਇਹ ਤਾਂ ਨਹੀਂ ਬਣਾਇਆ ਹੋਇਆ ਸੀਗਾ ਕਿ ਸੁਰਖੀਆਂ ਹਾਸਲ ਕਰਨੀਆਂ, ਬਿਆਨ ਦੇਣਾ ਜ਼ਰੂਰ ਹੈ। ਨਹੀਂ ਉਹਨਾਂ ਨੇ ਬੜੇ, ਤੁਸੀਂ ਦੇਖਿਆ ਬੜੇ ਲਾਈਟਲੀ ਜਿਹਾ ਜਵਾਬ ਕਿਹਾ ਵੀ ਮੈਂ ਇਸ ਛੋਟਾ ਜਿਹਾ ਉਹਨਾਂ ਨੇ ਜਵਾਬ ਦਿੱਤਾ। ਮੈਂ ਛੋਟੀ ਨਹੀਂ ਸੀ, ਗੱਲ ਬੜੀ ਵੱਡੀ ਹੈਗੀ ਹੈ ਅਤੇ ਇਸ ਵੱਡੀ ਗੱਲ ਦਾ ਜਵਾਬ ਭਾਰਤੀ ਜਨਤਾ ਪਾਰਟੀ ਦੀ ਸੈਂਟਰ ਲੀਡਰਸ਼ਿਪ ਨੂੰ ਵੀ ਦੇਣਾ ਪੈਂਦਾ ਹੈ। ਖਬਰ ਤੋਂ ਵਾਪਸ ਆ ਕੇ ਹੋਰ ਸਵਾਲ ਹੋਣਗੇ ਜ਼ਰੂਰ। ਕਰਤਾਰਪੁਰ ਲਾਂਘੇ ਅਤੇ ਸਵਾਮੀ ਦੀ ਕਰਾਰੀ ਕਿਉਂ ਫਸੀ? ਸਵਾਲ ਇੱਕੋ ਪੁੱਛਣ, ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਕਰਤਾਰਪੁਰ ਲਾਂਘੇ ਅਤੇ ਭਾਜਪਾ ਆਗੂ ਸਵਾਮੀ ਦੇ ਬਿਆਨ ਨਾਲ ਕਿਹੜੀ ਸਿਆਸੀ ਕਿਹੜੀ ਸਿਆਸਤ ਜਿਹੜੀ ਸਹਿਮਤ ਹੈ? ਕੀ ਇਸ ਸਵਾਲ ਦੀ ਬਹਿਸ ਕਰ ਰਹੇ ਪੈਨਲ ਸਾਡਾ ਮੌਜੂਦ ਹੈਗਾ, ਮੈਂ ਚੰਚਲ ਮਨੋਜ ਸਿੰਘ ਤੁਹਾਡੇ ਕੋਲ ਆ ਰਿਹਾ। ਗੁਰਪ੍ਰਤਾਪ ਸਿੰਘ ਰਿਆੜ ਜੀ, ਤੁਸੀਂ ਤਾਂ ਬਹੁਤ ਪੁਰਾਣੇ ਆਗੂ ਹੋ, ਇਸ ਪੰਥਕ ਵਿਚਾਰਧਾਰਾ ਨੂੰ ਚੰਗੀ ਤਰ੍ਹਾਂ ਸਮਝਦੇ ਹੋ, ਰਿਆੜ ਸਾਹਿਬ ਇਸ ਬਿਆਨ ਦਾ ਮਤਲਬ ਹੈ ਕੀ ਹੈ ਜੋ ਮਿਸਟਰ ਸਵਾਮੀ ਕਹਿ ਰਹੇ ਹੈ? ਇਹ ਜੀ ਕੁਛ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੇ ਕੁਛ ਨਾ ਕੁਛ ਬੁਲਾਰੇ ਰੱਖੇ ਹੁੰਦੇ ਆ, ਜਿਹੜਾ ਉਹਨਾਂ ਨੇ ਕੋਈ ਐਕਸ਼ਨ ਕਰਨਾ ਹੁੰਦਾ ਨਾ ਜੀ, ਉਹਨਾਂ ਦੇ ਕੋਲੋਂ ਉਹ ਗੱਲ ਘੁਆ ਲੈਂਦੇ ਨੇ। ਜਿਸ ਤਰ੍ਹਾਂ ਚੰਗਾ ਡਾਕਟਰ ਜਿਹੜਾ ਪੈਨਸਲੀਨ ਦਾ ਟੀਕਾ ਲਾਉਣ ਤੋਂ ਪਹਿਲਾਂ ਉਹਨੂੰ ਥੋੜ੍ਹਾ ਜਿਹਾ ਟੈਸਟ ਕਰਦਾ ਜੇ ਸਰੀਰ ਚੱਲ ਜਾਵੇ। ਇਹ ਸਿੱਖਾਂ ਨੂੰ ਹਿੰਦੂ ਡਿਕਲੇਅਰ ਕਰਨ ਵਾਸਤੇ, ਕੇਸਾਧਾਰੀ ਹਿੰਦੂ ਡਿਕਲੇਅਰ ਕਰਨ ਵਾਸਤੇ ਇਹ ਪਹਿਲਾ ਕਦਮ ਆ। ਤੁਸੀਂ ਇਸ ਬਿਆਨ ਨੂੰ ਹੋਰ ਪਾਸੇ ਮੋੜਤਾ? ਨਹੀਂ ਹੋਰ ਪਾਸੇ, ਮੈਂ ਪਹਿਲਾਂ ਕਿਹਾ ਸੀਗਾ ਹਿੰਦੂ ਸਿੱਖਾਂ ਵਾਲਾ ਮਸਲਾ, ਹਿੰਦੂ ਸਿੱਖਾਂ ਵਾਲਾ ਮਸਲਾ ਤੇ ਹੈਗਾ ਜੀ, ਇਹਦੇ ਪਿਛਲੇ ਬੰਨੇ ਜਿਹੜਾ ਜੋ ਸਿਆਸਤ ਖੇਡੀ ਜਾ ਰਹੀ ਹੈ ਨਾ ਜੀ, ਉਹ ਇਹੀ ਹੈ ਕਿ ਇਹਨਾਂ ਨੇ ਹੁਣ ਕਸ਼ਮੀਰ ਦੇ ਉੱਤੇ ਸਾਰਾ ਕੁਝ ਕਰ ਲਿਆ, ਹੁਣ ਇਹਨਾਂ ਨੇ ਸਿੱਖਾਂ ਨੂੰ, ਕਿਉਂਕਿ ਸਾਨੂੰ ਕਨਸਟੀਟਿਊਸ਼ਨ ਚਾਹੀਦਾ। ਤੁਹਾਨੂੰ ਇਹ ਲੱਗਦਾ ਮਿਸਟਰ ਵਿਆਰ, ਤੁਹਾਨੂੰ ਇਹ ਲੱਗਦਾ ਕਿ ਧਾਰਾ 25B ਦਾ ਮਸਲਾ ਉੱਠੂਗਾ ਹੁਣ? ਹਾਂਜੀ ਉੱਠੇਗਾ, ਉੱਠੇਗਾ ਕਿਉਂ ਨਹੀਂ ਉੱਠੇਗਾ ਜੀ, ਉੱਠੇਗਾ ਪੱਕਾ ਉੱਠੇਗਾ। ਔਰ ਜੇ ਫਰਜ਼ ਕੀਤਾ ਸਾਡੇ ਸਤਿਕਾਰਯੋਗ ਅਕਾਲੀ ਦਲ ਵਾਲੇ ਕਹਿੰਦੇ ਨੇ ਕਿ ਜੀ ਕੋਈ ਹਮੀਅਤ ਹੀ ਨਹੀਂ, ਉਹ ਬੰਦਾ ਹੀ ਨਹੀਂ, ਉਹ ਤਾਂ ਪਤਾ ਨਾ ਜੀ ਉਹ ਤਾਂ ਜ਼ੀਰੋ ਹੈ, ਤੇ ਫਿਰ ਇਹਨਾਂ ਨੂੰ ਡਿਬੇਟ ਵਿੱਚ ਨਹੀਂ ਆਉਣਾ ਚਾਹੀਦਾ। ਇਹ ਆ ਕੇ ਡਿਬੇਟ ਦੇ ਵਿੱਚ ਜਾਂ ਉਹਦੇ ਖਿਲਾਫ ਨਹੀਂ ਬੋਲਣਾ ਚਾਹੀਦਾ। ਮੈਨੂੰ ਲੱਗਦਾ ਸੀ ਅਕਾਲੀ ਦਲ ਨੂੰ ਇੱਕ ਰਾਹ ਦੇ ਰਹੇ ਆ ਵੀ ਡਿਬੇਟ ਵਿੱਚ ਨਾ ਆਉਣ, ਉਹ ਤਾਂ ਆ ਰਹੇ ਆ, ਸਾਨੂੰ ਵੈਲਕਮ ਕਰਨਾ ਚਾਹੀਦਾ ਡਿਬੇਟ 'ਚ ਆਇਆ ਉਹ। ਹਾਂਜੀ ਸਾਨੂੰ ਇਹ ਵੈਲਕਮ ਕਰਨਾ ਚਾਹੀਦਾ ਉਹ ਡਿਬੇਟ 'ਚ ਆਏ ਆ। ਨਹੀਂ ਨਹੀਂ ਓਬਜੈਕਸ਼ਨ ਨਹੀਂ ਸਾਨੂੰ, ਮੈਨੂੰ ਤਾਂ ਉਮੀਦ ਨਹੀਂ ਸੀ ਅੱਜ ਅਕਾਲੀ ਦਲ ਡਿਬੇਟ ਵਿੱਚ ਆਊਗਾ। ਮੈਨੂੰ ਉਮੀਦ ਨਹੀਂ ਸੀ ਹਮੀਅਤ ਹੀ ਕੋਈ ਨਹੀਂ, ਉਹ ਬੰਦਾ ਹੀ ਨਹੀਂ, ਉਹਨੂੰ ਅਸੀਂ ਬੰਦਾ ਸਮਝਦੇ ਹੀ ਨਹੀਂ ਅਕਾਲੀ ਦਲ ਵਾਲੇ, ਤੇ ਫਿਰ ਉਹਦੇ ਉੱਤੇ ਗੱਲ ਕਰਨ ਦੀ ਤਾਂ ਕੋਈ ਲੋੜ ਹੀ ਨਹੀਂ ਇਹਨਾਂ ਨੂੰ। ਚਲੋ ਇਹ ਤੁਹਾਡੇ ਤਰਫ ਜੇ ਇਹ ਗੱਲ ਕਰਨੀ ਹੈ ਤਾਂ ਬਾਦਲ ਸਾਹਿਬ ਨੂੰ ਕਰਨੀ ਚਾਹੀਦੀ ਸੀ, ਜਗਵੀਰ ਜੀ ਨੂੰ ਕਰਨੀ ਚਾਹੀਦੀ ਸੀ। ਜਿਹੜਾ ਸਵਾਲ ਮੈਂ ਪਹਿਲਾਂ ਕੀਤਾ ਸੀ, ਇਹ ਉਹਨਾਂ ਦੀ ਹਮਾਇਤ ਕਰਨੀ ਚਾਹੁੰਦੇ ਨੇ, ਇਹ ਉਹਨਾਂ ਦੀ ਮੁਖਾਲਫਤ ਕਰਨੀ ਨਹੀਂ ਚਾਹੁੰਦੇ। ਠੀਕ ਹੈ, ਇਸ ਕਰਕੇ ਦੱਸਾਂ ਨਾ ਜੀ, ਜਿਹੜਾ ਹੈਗਾ ਹੈ ਇਹ ਸਵਾਮੀ ਨੂੰ ਜਿਹੜੀ ਗੱਲ ਹੈਗੀ ਆ ਉਹ ਇਹਨਾਂ ਦੀ ਸਹਿਮਤੀ ਨਾਲ ਕਵਾਈ ਗਈ ਹੈ। ਠੀਕ ਹੈ, ਮੈਂ ਆ ਰਿਹਾ ਤੁਹਾਡੇ ਸਵਾਲ ਤੇ ਆ ਰਿਹਾ। ਚੰਦਰ ਬਰਾੜ, ਮੈਂ ਪਹਿਲਾਂ ਹੀ ਇਹ ਸਵਾਲ ਕੀਤਾ ਸੀਗਾ ਮਿਸਟਰ ਬਾਦਲ ਨੂੰ ਜਾਂ ਬਾਦਲ ਫੈਮਿਲੀ ਦੇ ਵਿੱਚੋਂ ਜਾਂ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਨੂੰ ਇਹ ਬਿਆਨ ਦੇਣਾ ਚਾਹੀਦਾ ਸੀਗਾ, ਵਿਰੋਧ ਕਰਨਾ ਚਾਹੀਦਾ, ਨਿਖੇਧੀ ਕਰਨੀ ਚਾਹੀਦੀ ਸੀ। ਕੇਬੀ ਜੀ, ਪਹਿਲਾਂ ਤਾਂ ਇੱਕ ਬੇਨਤੀ ਕਰਦੇ ਆ, ਰਿਆੜ ਸਾਹਿਬ ਦੀ ਇੱਕ ਗੱਲ ਨਾਲ ਤਾਂ ਮੈਂ ਸਹਿਮਤ ਹਾਂ, ਸਾਨੂੰ ਤਾਂ ਇਹ ਕੁਛ ਕਹਿ ਲੈਣ ਕਿਉਂਕਿ ਕਈ ਵਾਰੀ ਆਪਦੇ ਤੇ ਸਾਡੇ 'ਚੋਂ ਗਏ ਆ, ਗੁੱਸਾ ਜ਼ਿਆਦਾ ਹੁੰਦਾ, ਮੈਂ ਇਹਨਾਂ ਦੀ ਗੱਲ ਦਾ ਗੁੱਸਾ ਨਹੀਂ ਕਰਦਾ, ਸਾਡੇ ਸਤਿਕਾਰਯੋਗ ਹੈ, ਪਰ ਮੈਂ ਬੇਨਤੀ ਇਹ ਗੱਲ ਦੀ ਕਰਦੇ ਹਾਂ ਵੀ ਜੇ ਤਾਂ ਸਾਨੂੰ ਕੋਈ ਸ਼ੱਕ ਹੋਵੇ ਪ੍ਰਧਾਨ ਮੰਤਰੀ ਸਾਹਿਬ 'ਤੇ ਜਾਂ ਸਾਨੂੰ ਹੋਵੇ ਸ਼ੱਕ ਸਰਕਾਰ ਦੇ ਕੰਮ 'ਤੇ ਕਿਸੇ 'ਤੇ, ਫਿਰ ਤਾਂ ਅਸੀਂ ਬਿਆਨ ਦੇਈਏ। ਅਤੇ ਜੇ ਹੁਣ ਮੰਨ ਲਓ ਜਿਵੇਂ ਹੁਣ ਰਿਆੜ ਸਾਹਿਬ ਦੀ ਗੱਲ ਦਾ ਅਸੀਂ ਕੀ ਬਿਆਨ ਦਾ ਜਵਾਬ ਦੇਣਾ, ਇਸੇ ਤਰ੍ਹਾਂ ਹੀ ਸੁਬਰਾਮਣੀਅਮ ਸਾਹਿਬ ਦੀ ਗੱਲ ਦਾ ਕੀ ਜਵਾਬ ਦਿਓਗੇ ਤੁਸੀਂ? ਮੈਂ ਤਾਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਰਿਆੜ ਸਾਹਿਬ ਦੀ ਗੱਲ ਨੂੰ ਅੱਗੇ ਵਧਾ ਦੇਣਾ ਵੀ ਇਹੋ ਜਿਹੇ ਬਿਆਨਾਂ 'ਤੇ ਆਪਾਂ ਨੂੰ ਬਹਿਸ ਵਾਕਈ ਨਹੀਂ ਕਰਨੀ ਚਾਹੀਦੀ, ਕਿਉਂਕਿ ਜੇ ਤਾਂ ਉਹ ਵੱਖਰੀ ਛੇੜ ਲਾਂਗੇ ਕਦੇ ਇੱਕ ਮਿੰਟ ਹੁਣ ਮੈਂ ਰਿਆੜ ਸਾਹਿਬ ਤੁਹਾਡੇ 'ਚ ਬੋਲਿਆ ਨਹੀਂ, ਮੈਂ ਤੁਹਾਡੀ ਗੱਲ ਮੈਂ ਇਹਨਾਂ ਦੀ ਬੇਨਤੀ ਨੂੰ ਤੁਹਾਡੇ ਤੀਕਰ ਮੈਂ ਵੀ ਜ਼ੋਰ ਨਾਲ ਪਹੁੰਚਾਉਣਾ ਵੀ ਇਹੋ ਜਿਹੇ ਬੰਦਿਆਂ ਦੇ ਬਿਆਨਾਂ ਦੇ ਉੱਤੇ ਟਾਈਮ ਖਰਾਬ ਨਾ ਕਰਿਆ ਕਰੋ। ਗਰੇਵਾਲ ਸਾਹਿਬ,
और जिहड़े मसले ने सॉर्ट आउट कर रहे हैं और प्रधानमंत्री जी ने कहता कि उन्होंने समय भी देता कि असी इस टाइम पर इसका उद्घाटन भी कर देना इनू चालू भी कर देना और पाकिस्तान सरकार भी उसके लिए पॉजिटिव अपना रिस्पोंस दे रही है तो मैं समझदा जिहड़े अनऑथराइज्ड पर्सन ने उन्होंने बयान की कोई अहमियत नहीं है किसी व्यक्ति बिल्कुल अनऑथराइज ने साडे स्पोक्स पर्सन नहीं है अनऑथराइज ने इन्हों स्पोक्स पर्सन नहीं है कि अकाली दल कह रहा है कि इन्हों स्वामी के बयान को गंभीरता नहीं लेना चाहिए का मिस्टर रियाड कह रहे हैं कि अकाली दल उन्होंने बयान के नाल सहमत नजर आ रहा है असल सियासत है कि है चंचल सिंह सुब्रमण्यम स्वामी जी नू असीं स्कूल का बच्चा तो कह नहीं सकते हार्वर्ड चो पढ़ाते रहे हार्वर्ड चो ला की है सुप्रीम कोर्ट के वकील हैं एक्स कैबिनेट मिनिस्टर रहे हैं बीजेपी के बड़े सीनियर लीडर हैं राज्यसभा इलेक्शन लड़के तो आए नहीं पार्टी ने नामीनेट किया तो इलेक्शन राज्यसभा आए सो उन्हां दी असीयत नू असीं इस तरह नहीं अपनी बयानबाजी रोल सकते भी वह कुछ भी नहीं वह हैगे तो बहुत कुछ हैं लेकिन उन्होंने ये जी दी है स्टेटमेंट ये पिछे सियासत कुछ भी हो मैं गैर जिम्मेवार स्टेटमेंट लगती है ये स्टेटमेंट उदा दी है जिदा मिर्जा असलम बेग ने जिहड़ा एक्स आर्मी चीफ है पाकिस्तान का उदी कोई पाकिस्तान कोई हैसीयत ही नहीं और वो उसकी स्टेटमेंट भी बड़ी बेहूदा भी असं इधरों खालिस्तान ही भेजा भी उधरों तो किसी ने आना ही नहीं कॉरीडोर च बंदियां ने ऐ जाना तीन चार घंटे बाद घूम के वापस आ जाना तो वह खालिस्तानी भेजे वाघे वालों तो भेजे नहीं पंद्रह साल साड़ी जी पंजाब एक्सट्रीमिजम रहा वाघा अटारी वालों ना हथियार आए ना ही मिलीटेंट आए ना ही खालिस्तानी आए सो सानू इस दी जी स्टेटमेंट है वह नोटिस तो लेना चाहिए लेकिन इनू बहुत ही इंपोर्टेंस नहीं देनी चाहिए कि भी आपू कोई उदी असर है उदा कारण की है उदा कारण यह है कि पहली गल है भी कश्मीर विच बड़े हालात गंभीर हैं इस वेले आज 22-23 दिन हो गए उत्थे एक करफ्यू लगा है सारा थोड़ा थोड़ा खोलिया जा रहा है टेस्ट किया जा रहा हूँ बीजेपी के प्रधानमंत्री जी ने नरेंद्र मोदी जी ने कहा कि भी इसका समय सिर असी इस कॉरीडोर का जिहड़ा उद्घाटन भी करांगे इनू चालू करांगे उदी तय अखबार च जो आई सी वो 5 नवंबर आई सी पाकिस्तान दे प्राइम मिनिस्टर ने भी कहा भी असी 5 या 3 या 5 नवंबर नू इहदा इनैगोरेशन कर देंगे हुण जिहड़ी स्टेटमेंट आई है फिरदोश आशिक अवान जिहड़ी हैगी है सीनियर ऑफिशियल है इमरान खान दी उस स्पैशल ऑफिसर है उन्होंने ब्रॉडकास्टिंग मीडिया की उन्होंने ये कहा भी जिहड़ा ये कॉरीडोर है इहदा कश्मीर के मसले नाल कोई संबंध नहीं 370 जिहड़ी खत्म की गई है तो उहदे नाल इहदा कोई संबंध नहीं ये अपना उदा ही खुलिया जाएगा ये साडे मुल्क की इंटरफेस ते हारमनी की एक बहुत वड्डी साडी है उन्होंने मतलब यह है कि रल मिल के रहना ते शांति नाल विचरना दो धर्मां दा तीन धर्मां दा इस रस्ते नाल जुड़िया है तो सानू उन्हां दी स्टेटमेंट नू इंपोर्टेंस देनी चाहिए है जिहड़ी 2 दिन पहले आई है सुब्रमण्यम स्वामी दी स्टेटमेंट तो बाद आई है सानू उहनू तरजीह देनी चाहिए है सानू असलम बेग नू भी इगनोर करना असलम बेग की तो कोई सीयत नहीं पर जो सारा दे मन में शंके जाग के फिर सानू डिबेट करनी पै रही है असीं भी 3 दिन वेट कीती सारे चैनल ते होई है सिर्फ तुसीं नहीं असीं वेट करके कर रहे हैं असीं वेट करके कर रहे हैं सारेयां तों बाद कर लियो मैनूं जाण दा मौका मिलिया 2 होर चैनल मेरा कहने का भाव यह है कि पाकिस्तान में मैटर कौन करता अहमियत किदी है उत्थों का जिहड़ा चीफ ऑफ आर्मी स्टाफ है जनरल बाजवा साहब उन्होंने 3 साल की एक्सटेंशन की है इमरान खान गवर्नमेंट ने प्राइम मिनिस्टर जब उत्थों के दोनों लीडर इसलिए ब्रज विजनबद्ध है फौज का चीफ भी तो देश का प्रधानमंत्री कि भी कॉरीडोर नाल 370 का कोई संबंध नहीं तो इनू ए समय सिर इनैगोरेट करके इसनों खोल दिता जाएगा ता जे सिख अपने
ਇਹ ਸਭ ਤੋਂ ਪਵਿੱਤਰ ਸਥਾਨ ਦੇ ਦਰਸ਼ਨ ਕਰ ਸਕਣ। ਔਰ ਬਹੁਤੇ ਲੋਕਾਂ ਨੂੰ ਇਹ ਨਹੀਂ ਪਤਾ ਕਿਉਂਕਿ ਸਾਡੀ ਇਤਿਹਾਸ ਬਾਰੇ ਨੌਲੇਜ ਕਈ ਵਾਰੀ ਅਧੂਰੀ ਹੁੰਦੀ ਹੈ, ਕੁਝ ਉਹਦਾ ਪ੍ਰਚਾਰ ਨਹੀਂ ਹੁੰਦਾ। ਨਨਕਾਣਾ ਸਾਹਿਬ ਵਿੱਚ ਤਾਂ ਗੁਰੂ ਸਾਹਿਬ ਦਾ ਜਨਮ ਹੋਇਆ, ਪਰ ਗੁਰੂ ਸਾਹਿਬ ਕਰਤਾਰਪੁਰ ਸਾਹਿਬ 17 ਸਾਲ 6 ਮਹੀਨੇ ਕੁਝ ਦਿਨ ਰਹੇ ਆ ਉੱਥੇ। ਉਹਨਾਂ ਨੇ ਖੇਤੀ ਕੀਤੀ ਹੈ ਔਰ ਇਹ ਉਸ ਸਮੇਂ ਕੀਤੀ ਹੈ ਜਦੋਂ ਉਹ 4 ਉਦਾਸੀਆਂ ਕਰਕੇ ਵਾਪਸ ਆ ਗਏ ਸੀ। ਉਹਨਾਂ ਦਾ ਜਿਹੜਾ ਉਹਨਾਂ ਨੇ ਜੋ ਸਾਰੇ ਧਰਮਾਂ ਦਾ ਨਿਚੋੜ ਕੱਢਣਾ ਸੀ, ਕੱਢਣ ਤੋਂ ਬਾਅਦ ਫਿਰ ਉਹ ਇੱਥੇ ਰਹੇ। ਇੱਥੇ ਹੀ ਉਹਨਾਂ ਨੇ ਸਿੱਖ ਐਥਿਕਸ ਵੰਡ ਛਕਣਾ, ਕਿਰਤ ਕਰਨੀ, ਨਾਮ ਜਪਣਾ ਦੀ ਇੱਥੇ ਦਿੱਤੀ ਹੈ। ਲੰਗਰ ਸਮਰੱਥਾ ਵੀ ਇੱਥੋਂ ਚਲਾਈ ਹੈ। ਇੱਥੇ ਉਹਨਾਂ ਦੇ ਮਾਤਾ ਪਿਤਾ ਵੀ ਜੋਤੀ ਜੋਤ ਸਮਾਏ ਨੇ, ਇੱਥੇ ਉਹ ਆਪ ਵੀ ਸਮਾਏ, ਉਹਨਾਂ ਦੀ ਧਰਮ ਪਤਨੀ ਵੀ ਸਮਾਈ ਹੈ। ਇੱਥੇ ਜਿਹੜੀ ਸਾਡੀ ਗੁਰੂਸ਼ਿਪ ਦੀ ਪਰੰਪਰਾ, ਉਹਦਾ ਮੁੱਢ ਇੱਥੇ ਬਣਿਆ। ਗੁਰੂ ਸਾਹਿਬ ਨੇ ਜਿਹੜਾ ਭਾਈ ਲਹਿਣੇ ਨੂੰ ਗੁਰੂ ਦੀ ਪਦਵੀ ਦੇ ਕੇ, ਉਹਨਾਂ ਨੇ ਆਪਣੇ ਬੱਚਿਆਂ ਨੂੰ ਨਹੀਂ ਦਿੱਤੀ, ਉਹਨਾਂ ਨੇ ਇੱਕ ਨਖੇੜਾ ਵੀ ਕੀਤਾ ਵੀ ਕੌਣ ਡਿਜ਼ਰਵ ਕਰਦਾ। ਸੋ ਸਾਨੂੰ ਇਹ ਸੁਬਰਾਮਨੀਅਮ ਕੀ ਕਹਿੰਦਾ, ਹੋਰ ਕੀ ਕਹਿੰਦਾ ਨਾ, ਉਹਦਾ ਬਹੁਤੀ ਕਹਿ ਦਿੱਤੀ ਉਹਨੇ। ਮੈਂ ਉਹਨੂੰ ਕੋਈ ਛੋਟਾ ਜਿਹਾ ਇਨਸਾਨ ਨਹੀਂ ਸਮਝਦਾ। ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਵੀ ਅਕਾਲੀ ਦਲ ਦੇ ਕਿਸੇ ਸਿਰ ਕੱਢ ਲੀਡਰ ਨੂੰ, ਦੋ ਹੀ ਹੈ, ਜਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੈ ਅਤੇ ਜਾਂ ਸੁਖਬੀਰ ਸਿੰਘ ਬਾਦਲ ਹੈ। ਉਹਨਾਂ 'ਚੋਂ ਕਿਸੇ ਨੂੰ ਸਟੇਟਮੈਂਟ ਦੇਣੀ ਚਾਹੀਦੀ ਸੀ ਵੀ ਇਹਨੂੰ ਸੀਰੀਅਸ ਨਾ ਲਿਆ ਜਾਏ, ਉਹਨਾਂ ਨੂੰ ਜਿਹੜੇ ਸ਼ੰਕੇ ਨੇ, ਕਿਉਂਕਿ ਸਿੱਖਾਂ ਦੀ ਕਾਫੀ ਵੱਡੀ ਪਾਰਟੀ ਹੈ, ਜਾਂ ਪਿੱਛੇ ਇਲੈਕਸ਼ਨਾਂ 'ਚ ਹਾਰ ਹੂਰ ਹੋਈ ਹੈ ਉਹਨਾਂ ਨੂੰ, ਜਾਂ ਬੀਜੇਪੀ ਦੇ ਕਿਸੇ ਸੀਨੀਅਰ ਲੀਡਰ ਨੂੰ ਕੇਂਦਰ ਦੇ, ਪ੍ਰਾਈਮ ਮਿਨਿਸਟਰ ਲਈ ਜ਼ਰੂਰੀ ਨਹੀਂ ਪ੍ਰਾਈਮ ਮਿਨਿਸਟਰ ਦੇ, ਹੋਮ ਮਿਨਿਸਟਰ ਦੇ ਜਾਂ ਕੋਈ ਹੋਰ ਪਾਰਟੀ ਦਾ ਪ੍ਰੈਜੀਡੈਂਟ ਆ ਉਹਨਾਂ ਦੇ, ਨਾਡਾ ਸਾਹਿਬ ਉਹਦੇ ਦੇ, ਜਾਂ ਕੋਈ ਸਪੋਕਸਮੈਨ ਦੇ, ਜਾਂ ਇੱਥੋਂ ਦੀ ਬੀਜੇਪੀ ਦਾ ਪ੍ਰੈਜੀਡੈਂਟ ਜਿਹੜਾ ਪੰਜਾਬ ਦਾ, ਇਹ ਚੀਜ਼ਾਂ ਦੀ ਕਲੈਰੀਫਿਕੇਸ਼ਨ ਬੜੀ ਜ਼ਰੂਰੀ ਹੈ। ਇੱਕ ਛੋਟਾ ਮੈਂ ਛੋਟਾ ਬ੍ਰੇਕ ਲਾ, ਬ੍ਰੇਕ ਤੋਂ ਵਾਪਸ ਆਊਂਗਾ। ਇਸ ਚਰਚਾ ਦੇ ਵਿੱਚ ਸਵਾਲ ਇਹ ਉੱਠਿਆ ਹੈਗਾ ਕਿ ਸਵਾਮੀ ਦੇ ਬਿਆਨ ਨੂੰ ਬਾਹਲੀ ਅਹਿਮੀਅਤ ਨਹੀਂ ਦੇਣੀ ਚਾਹੀਦੀ ਹੈਗੀ, ਪਰ ਸਵਾਲ ਹੈਗਾ ਜੋ ਸਵਾਮੀ ਦੇ ਬਿਆਨ 'ਤੇ ਤੁਸੀਂ ਚੁੱਪੀ ਵੱਟੋਗੇ ਇਹਦਾ ਮਤ ਤੁਸੀਂ ਕਿਤੇ ਨਾ ਕਿਤੇ ਨਾਲ ਖੜੇ ਹੋ। ਇਸੇ ਕਰਕੇ ਸਾਨੂੰ ਡਿਬੇਟ ਕਰਨੀ ਪੈ ਰਹੀ ਹੈ, ਜਿਹੜੇ ਨਾਲ ਖੜੇ ਉਹਨਾਂ ਦਾ ਵੀ ਪਤਾ ਲੱਗਣਾ ਚਾਹੀਦਾ। ਬ੍ਰੇਕ ਤੋਂ ਵਾਪਸ ਆ ਰਹੇ ਹਾਂ। ਸਵਾਲ ਇੱਕ ਪੁੱਛ ਰਹੇ, ਵੱਡਾ ਸਵਾਲ ਅਸੀਂ ਇਹ ਪੁੱਛ ਰਹੇ, ਕਰਤਾਰਪੁਰ ਲਾਂਘੇ ਅਤੇ ਭਾਜਪਾ ਆਗੂ ਸਵਾਮੀ ਦੇ ਬਿਆਨ ਨਾਲ ਕਿਹੜੀ ਸਿਆਸਤ ਹੈ ਜਿਹੜੀ ਸਹਿਮਤ ਹੈ? ਕਹਿੰਦਾ ਸਾਡਾ ਮੌਜੂਦ ਹੈਗਾ ਇਸ ਚਰਚਾ ਦੇ ਵਿੱਚ, ਵਾਰ ਵਾਰ ਇਹ ਗੱਲ ਆ ਰਹੀ ਹੈ ਕਿ ਸਵਾਮੀ ਦੇ ਬਿਆਨ ਨੂੰ ਅਹਿਮੀਅਤ ਨਹੀਂ ਦੇਣੀ ਚਾਹੀਦੀ ਗੀ, ਵਾਕਈ ਇਹਨਾਂ ਦੀ ਗੱਲ ਠੀਕ ਹੈਗੀ ਹੈ, ਪਰ ਜਦੋਂ ਕੈਮਰਾ ਇਹਨਾਂ ਦੇ ਅੱਗੇ ਹੁੰਦਾ, ਮਾਈਕ ਅੱਗੇ ਹੁੰਦਾ, ਫਿਰ ਬਿਆਨ ਵੀ ਸਾਰੇ ਦਿੰਦੇ ਆ, ਉਸ ਤੋਂ ਬਾਅਦ ਕਹਿੰਦੇ ਆ ਡਿਬੇਟ ਹੋਣੀ ਨਹੀਂ ਚਾਹੀਦੀ ਇਸ ਮੁੱਦੇ 'ਤੇ। ਹਾਂਜੀ ਭਾਰਦਵਾਜ ਸਾਹਿਬ, ਇੱਕ ਸਵਾਲ ਤੁਹਾਨੂੰ ਕਰਨਾ ਚਾਹੁੰਦਾ, ਮੈਂ ਆ ਰਿਹਾ ਰੈਡ ਸਾਹਿਬ ਵਾਲੇ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਹਿ ਰਿਹਾ ਕਿ ਮਿਸਟਰ ਸਵਾਮੀ 'ਤੇ FIR ਦਰਜ ਹੋਣੀ ਚਾਹੀਦੀ ਇਸ ਬਿਆਨ ਦੇ ਆਧਾਰ 'ਤੇ, ਤੁਸੀਂ ਸਹਿਮਤ ਹੋ ਇਸ ਨਾਲ? ਵਿਜੇ ਭਾਰਦਵਾਜ ਸਾਹਿਬ, ਮੈਂ ਕਹਿੰਦਾ FIR ਤਾਂ ਪਹਿਲਾਂ ਸਭ ਤੋਂ ਪਹਿਲਾਂ ਕਾਂਗਰਸ 'ਤੇ ਹੋਣੀ ਚਾਹੀਦੀ ਹੈ। 1947 ਦੇ ਵਿੱਚ ਜਿਹੜੇ ਬਟਵਾਰਾ ਹੋਇਆ, ਉਸ ਲਈ ਇਹਨਾਂ ਨੇ ਇੰਟੈਂਸ਼ਨਲੀ ਇੱਕ ਸਿਰਫ 4 ਕਿਲੋਮੀਟਰ ਏਰੀਏ ਦੇ, ਗੁਰਦਾਸਪੁਰ ਤੋਂ ਸਿਰਫ 4 ਕਿਲੋਮੀਟਰ ਏਰੀਏ 'ਤੇ ਕਰਤਾਰਪੁਰ ਸਾਹਿਬ ਸੀਗੇ, ਉਹ ਲਿੱਤਾ ਜਾ ਸਕਦਾ ਸੀਗਾ। ਉਸ ਤੋਂ ਬਾਅਦ 1948 ਦੇ ਵਿੱਚ ਅਕਾਲੀ ਦਲ ਨੇ ਉਸ ਟਾਈਮ ਦੀ ਨਹਿਰੂ ਨੂੰ ਇੰਨੀ ਰਿਕੁਐਸਟ ਕੀਤੀ ਵੀ ਤੁਸੀਂ ਪਲੀਜ਼ ਇਹ ਜਗ੍ਹਾ ਐਕੁਆਇਰ ਕਰ ਲਓ, ਸਿੱਖਾਂ ਦੇ ਨਾਲ ਇਹਦਾ ਬੜਾ ਵੱਡਾ ਸੰਬੰਧ ਹੈ, ਵੀ ਇਹ ਤੁਸੀਂ ਜ਼ਮੀਨ ਲੈ ਲਓ। ਪਰ ਉਸ ਲਈ ਉਹਨਾਂ ਨੇ ਇਹਦੀ ਗੱਲ ਨਹੀਂ ਸੁਣੀ। 1971 ਦੇ ਵਿੱਚ ਇੰਦਰਾ ਗਾਂਧੀ ਨੇ ਇੱਕ ਪ੍ਰੋਮਿਸ ਕੀਤਾ ਵੀ ਮੈਂ ਕੋਸ਼ਿਸ਼ ਕਰਦੀ ਹਾਂ, ਮੈਂ ਇਹਨੂੰ ਜਗ੍ਹਾ ਨੂੰ ਐਕੁਆਇਰ ਕਰਕੇ ਇਹਨੂੰ ਆਪਣੇ ਹਿੰਦੁਸਤਾਨ ਦੇ ਏਰੀਏ 'ਚ ਲੈ ਲੈਂਦੀ ਹਾਂ। ਪਰ ਫਿਰ ਧੋਖਾ ਕੀਤਾ ਇਹਨਾਂ ਨੇ। ਇਹਨਾਂ ਨੂੰ ਕਾਂਗਰਸ ਦੇ ਬੰਦਿਆਂ ਨੂੰ ਇਹੋ ਜਿਹੀ ਗੱਲ ਕਰਨ ਦਾ ਕੋਈ ਹੱਕ ਨਹੀਂ ਹੈ, ਜਿਹਨਾਂ ਨੂੰ ਆਦਤ ਪਈ ਹੋਈ ਹੈ ਵੀ ਹਿੰਦੁਸਤਾਨ ਦੇ ਵਿੱਚ ਕਿਸ ਤਰੀਕੇ ਦੇ ਨਾਲ ਹਿੰਦੁਸਤਾਨੀਆਂ ਦੀ ਭਾਵਨਾ ਨੂੰ ਕਿੱਦਾਂ ਭੜਕਾਉਣਾ, ਕਿੱਦਾਂ ਖਰਾਬ ਕਰਨਾ। ਮੈਂ ਇੱਕ ਸਵਾਲ ਕੀਤਾ ਸੀਗਾ, ਮਿਸਟਰ ਸਵਾਮੀ ਤੇ FIR ਦਰਜ ਹੋਣੀ ਚਾਹੀਦੀ ਕਿ ਹੋਣੀ ਚਾਹੀਦੀ? ਮੈਂ ਕਹਿੰਦਾ ਸਭ ਤੋਂ ਪਹਿਲਾਂ ਤਾਂ ਇਹਨਾਂ ਤੇ ਹੋਏ ਨਹੀਂ, ਮਿਸਟਰ ਸਵਾਮੀ ਤੇ ਹੋਣੀ ਚਾਹੀਦੀ, ਕਾਂਗਰਸ ਦਾ ਕੋਈ ਬੁਲਾਰਾ ਨਹੀਂ ਹੈਗਾ, ਤੁਸੀਂ ਕਾਂਗਰਸ ਦੇ ਜਾਣ ਦਾ ਠੀਕ ਹੈ ਤੁਹਾਡੇ ਨਾਲ ਕੀ ਹੈ? ਸੁਬਰਾਮਨ ਸਵਾਮੀ ਦੀ ਜਿਹੜੀ ਸਟੇਟਮੈਂਟ ਮੈਂ ਦੇਖੀ ਸੀ ਉੱਥੇ, ਉਹਦੇ ਵਿੱਚ ਉਹਨਾਂ ਨੇ ਇੱਕ ਰਿਐਕਸ਼ਨ ਕੀਤੀ ਸੀਗੀ ਵੀ ਅਗਰ FIR ਦਰਜ ਹੋਣੀ ਚਾਹੀਦੀ ਕਿ ਹੋਣੀ ਚਾਹੀਦੀ? ਸਵਾਲ ਬੜਾ ਸੁਝਾਰਨ ਹੈ ਭਾਰਤ ਸਾਹਿਬ, ਕੋਈ FIR ਦਾ ਮਤਲਬ ਕੀ ਹੈ? ਜੇ ਤੁਸੀਂ, ਮੈਂ ਕਾਂਗਰਸ ਦੀ ਗੱਲ ਕਰਦਾ, ਤੁਸੀਂ ਕਾਂਗਰਸ ਦੀ FIR ਦੀ ਗੱਲ ਨਹੀਂ ਕਰਦੇ ਪਏ? ਕਾਂਗਰਸ ਦਾ ਕੋਈ ਬੁਲਾਰਾ ਨਹੀਂ ਹੈਗਾ, ਮੈਂ ਬੁਲਾਰਾ ਉਹਨਾਂ ਨੇ ਥੋੜੀ ਹੁਣ, ਮੈਂ ਕਾਂਗਰਸ ਦੀ ਡਿਫੈਂਡ ਕਰ FIR ਦੀ ਗੱਲ ਉਹਨਾਂ ਨੇ ਕੀਤੀ ਹੈ ਵੀ ਉਹਨਾਂ ਨੇ ਕਿਹਾ ਹੋਣੀ ਚਾਹੀਦੀ ਨਾ, ਤੁਸੀਂ ਕਹਦੋ ਨਹੀਂ ਹੋਣੀ ਚਾਹੀਦੀ FIR, ਉਹਨਾਂ ਦੀ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਇਹ ਟਾਈਮ ਕਿਉਂ ਵੇਸਟ ਕਰਦੇ ਹੋ? ਮੈਨੂੰ ਪੁੱਛ ਲਓ ਵੀ FIR ਹੋਣੀ ਚਾਹੀਦੀ ਹੈ ਕਿ ਨਹੀਂ, ਮੈਂ ਦੱਸ ਦਿੰਦਾ। ਅਰੇ ਵੀ ਇਹ ਵੀ ਸਿਆਸੀ ਬਿਆਨ ਹੈ ਚੰਚਲ ਬਲੋਰ ਸਿੰਘ ਜੀ, ਤੁਹਾਡੇ ਕੰਮ ਦਾ ਬਿਆਨ ਨਹੀਂ ਹੈਗਾ। ਹਾਂਜੀ ਹਾਂਜੀ ਰਿਆੜ ਸਾਹਿਬ ਕੀ ਕਹਿ ਰਹੇ? ਗੱਲ ਇਸ ਤਰ੍ਹਾਂ ਹੈਗੀ ਹੈ ਜੀ, ਜੇ ਇਹ ਅਕਾਲੀ ਦਲ ਅਤੇ ਬੀਜੇਪੀ ਸੰਸੀਅਰ ਨੇ ਔਰ ਇਹ ਪ੍ਰਾਈਮ ਮਿਨਿਸਟਰ 'ਤੇ ਇਤਬਾਰ ਕਰਦੇ ਨੇ ਕਿ ਉਹ ਉਦਣ ਜਿਹੜਾ ਹੈਗਾ ਨਾ ਜੀ ਉਦਘਾਟਨ ਕਰ ਦੇਣਗੇ, ਅਤੇ ਫਿਰ ਇਹਨਾਂ ਨੂੰ ਚਾਹੀਦਾ ਸੀਗਾ ਵੀ ਆਪਣੇ ਸੀਨੀਅਰ ਲੀਡਰਾਂ ਨੂੰ ਕਹਿ ਕੇ ਕਿਸੇ ਸੈਂਟਰ ਦੇ ਲੀਡਰ ਕੋਲ ਘੁਆ ਕੇ ਸਵਾਮੀ ਕੋਲੋਂ ਮਾਫ਼ੀ ਮੰਗਾ ਦਿੰਦੇ। ਸਿੱਖ ਤਾਂ ਇਹੋ ਜਿਹੀ ਕੌਮ ਹੈ ਕਿ ਅਗਰ ਇਹਨਾਂ ਦੀ ਜਿੰਨਾ ਮਰਜ਼ੀ ਨੁਕਸਾਨ ਕਰਕੇ ਅਗਰ ਮਾਫ਼ੀ ਮੰਗ ਲੈਂਦਾ ਤਾਂ ਇਹ ਹਮੇਸ਼ਾ ਮਾਫ਼ੀ ਦੇ ਦਿੰਦੇ ਨੇ। ਅਸੀਂ ਉਹਨੂੰ ਅੱਜ ਵੀ ਮਾਫ਼ੀ ਦੇਣ ਨੂੰ ਤਿਆਰ ਹਾਂ, ਲੇਕਿਨ
कि वह थुक के ते चटे फिर अं उस तो बाद माफ़ी देंगे। उन्हें कोई निकी जी गल नहीं की, उन्हें साड़ी पग नू हाथ पाया है और ये पग का जोड़ा सवाल है ना जी ये बहुत दूर तक जाएगा। ये पिछले बन्ने सानू संविधान के जो कहा गया है वो करने की वड्डी कोशिश है। सानू कश्मीर तो अपने आप में हुण घट गिणती है खतरा है, इस करके असं कहने कि स्वामी वर्गियां नू जां ते नत्थ पाई जाए जां उन्हां दे खिलाफ जिहड़ी कार्रवाई की जाए जां उन्हां कोलों बिना शर्त माफ़ी मंगवाई जाए तां साडी तसल्ली हुंदी है, नहीं तां साडी तसल्ली कोई नहीं है। चंजी बराड़ तुसीं जिहड़ी गल कह रहे हो कि अहमियत नहीं देनी चाहिए, मैं उस गल किसी हद तक सहमति भी प्रगटा रहा, पर सवाल है जिहड़े जिहड़े शंके जिहड़े खदशे ये लोग जता रहे हैं, इन्हां दा जवाब की दूगा खाली कर। देखो इन्होंने तो साढ़े खिलाफ ही बोलना है, इन्हों की गल का की जवाब देना। मैं फिर बेनती कर दिया कि आप टाइम वेस्ट ना करिए, साड़ी पार्टी वालों ऑफिशियल थोनू भी स्टेटमेंट जारी आई है साड़ी, जिस लैवल का बंदा सानू लगे असं उस लैवल के बंद तो बयान दवाता, ये किसी को की आपत्ति होनी चाहिए है, बयान मेरे ना तो आ जाए, सत्त अठ जो साडे स्पोक्समैन है किसी के ना तो आ जाओ, पार्टी का ही बयान होंगे और किसी का बयान थोड़ी। डिबेट दिखाई जो सेंटर की सरकार ने क्लीयर करता। मैं थोड़ा एक बेनती कर दिया जो हालात की ने पाकिस्तान जहाज साडे लंघने बंद साडे जिहड़े व्यापार है वह बंद बोलचाल बंद पर फिर भी पाकिस्तान के प्रधानमंत्री ने क्या लांघा बनूगा जिम्मे चंचल मनोहर सिंह जी ने हमने दसिया साढ़े प्रधानमंत्री साहब वालों ऑफिशियली आया हुआ कि लांघा सिरे चढ़ूगा तो फिर असं एवं रौला पाई जाइए किस गलते रौला पाइए। इस करके मैं तो थोड़ू बेनती करूँगा सुनने वाले मीडिया में भी बेनती करूँगा भी यह जे भड़काऊ देने बयान देने वाले बंदे उन्होंने बयान वाल बहुत ध्यान नहीं देना चाहिए। गरेवाल साहब फिर तुहाडे प्रधान साहब ने क्यों फिर अहमियत दी बयान से साडे प्रधान साहब नूं पुछया गया उन्होंने कहा कि उन्होंने निजी बयान है बिल्कुल सुब्रमण्यम स्वामी का निजी बयान है साडी पार्टी का संगठन का वो बयान नहीं है। और दूसरी गल मैं एक होर कहनी चाहना कि असी ये कुछ लोगों का काम आ सारिया पार्टियां इदां दे लोग हुंदे आ वो अपनी अहमियत बनाई रखने लिए इदां दे कंट्रोवर्शियल गल्लां करदे आ। बयान स्वामी साहब दा आपदा सी जां पिछे कोई स्क्रिप्टड है? कोई स्क्रिप्टड नहीं किसी दे काबू आने वाले नहीं, जिस तरह इत्थे नवजोत सिंह सिद्धू नहीं किसी के काबू च, इस तरह वो भी नहीं है पार्टी दे काबू च। उन्होंने पहला जनता पार्टी अलग ही बना के रखी है बहुत साल साढ़े तो होना है बाद च, तो इस करके वो साड़ी विचारधारा नाल पूरी तरह नहीं है। पर ठीक है साडे मैंबर पार्लीमेंट ने राज्यसभा च लए आ उन्हां दी विचारधारा हिंदुत्व वाली तो हैगी है। हिंदुत्व वाली कोई विचारधारा नहीं, हिंदू बैठे कई तो जा रहे हैं कि भी सारे हिंदू भी चाहते हैं सारे पंजाबी चाहते हैं। स्वामी साहब एक गल होर कहंदे आ कि सानू जगह लै लेनी चाहीदी, उस बयान इत्तफाक रखदे हो? जगह लै लेनी चाहीदी, वो जगह लै लेनी चाहीदी सानू। अरे स्वामी उस बयान इत्तफाक रखदे हो? जगह कौन दे देगा सानू? पाकिस्तान कोल पैसा नहीं, उहदी आर्थिक ताकत खत्म हो गई, उहनां नूं करोड़ां रुपया उहदे तों आउणा। तुसीं तां पीओके कहने लैणा है? अरे उह तां लै लांगे पीओके, तां पीओके साडी पॉलिसी असीं लवांगे। पाकिस्तान जो गल हो नहीं सकती वो असीं किस तरह कह दिए साडा लांघा खुल रहा है बिल्कुल ठीक है। चंचल सिंह जी ठीक है लांघा खुलना भी चाहिए। चंचल सिंह जी एक फेक ड्रीम दिखाने की कोशिश तो नहीं की? नहीं देखो पता की है ये अपना पहले तो मैं जिहड़े मिस स्टेटमेंट ऑफ फैक्ट्स है सुब्रमण्यम स्वामी हार्वर्ड तो इकनोमिक्स की की उन्होंने डिग्री पी एच डी तो हार्वर्ड जो इकनोमिक्स ही पढ़ाई है उन्होंने सुप्रीम कोर्ट के वकील ने आगे उत्थे मैं गलत किया सी मैं बयान करैक्ट करना। हुण मैं ये कहना चाहना कि देखो सानू इस नू मैं कोई ये हक च नहीं भी सुब्रमण्यम स्वामी माफ़ी मंगे, माफ़ी नाल की हो जाएगा कोई लोड़ नहीं उदे तो माफ़ी मंगाने दी और कोई उदे ते केस बनता ही नहीं। जे उन्हें कह भी दिता उन्होंने कह दिता ठीक क्या गलत क्या ये विवाद का विषय है, उन्होंने कोई केस बनता ही नहीं, इन्हों केस रजिस्टर करो उन्होंने फड़ के अंदर करो कोई लोड़ नहीं फड़न दी कोई अंदर करन दी। मैं तो पहले कह चुका जनरल मनोज उन्होंने दे एक तुम्हारे जवाब देने का मतलब नहीं है पॉलिटिकल स्टेटमेंट है, निजी स्टेटमेंट है उन्होंने सानू बहुती उम्मीद नहीं करनी चाहिए। तुसी भी अपने सवालों का रुख बदल के इस बहस वास लियाओ कि भी कारीडोर बन रहा पाकिस्तान की हो रहा है क्योंकि श्रीनगर का की इंपैक्ट है पाकिस्तान पर ना सानू ये चीज़ा देखनी। चलो मैं मोड़ लेना चंजी बराड़ तुहाडे प्रधान साहब ने बयान दिता
कि उत्थे लांघे का काम रुकिया होया, पांच दिन तो काम बंद पिया है, क्या तुहानू इस बारे पूरी इतलाह हैगी है कि काम वाकई बंद पिया? देखो तो थोड़े मीडिया ने कोड किया कि वह कंपनी नू पैसे नहीं मिले, या उत्थे जिहड़ी बजरी रेते दे जिहड़े हैगे आ, वह एक कोई गुंडा टैक्स लाया जाता है, जिहदे च इन्हां दे डिपार्टमेंट दा ही मंत्री बी एंड आर दा जिहड़ा मुख्यमंत्री साहब नू मिलिया। तो जे इह जिहियां गल्लां आउंदियां तां साडे बड़े सारिआं नू दिल नू ठेस पहुंचदी आ वी फिर इह ना होवे कितें कम पछड़ जे। इस करके जिहड़ी रिपोर्टिंग अज्ज अखबारां दे विच होई आ उही उन्हां ने कोड कीती आ। असीं तां मौजूदा सरकार नू वी बेनती करांगे कि 100 डिफरेंसिस हो सकदे आ, 100 गल्लां ते पॉलिटिक्स हो सकदी आ, पर कृपा करके आ थां नू पूरा ध्यान दे के भावें कोई कमेटी बना के उत्थे पक्की बिठा देण, इहनू तुरंत टाइम सिर पूरा करके ਲੋਕਾਂ ਨੂੰ ਸਪੁਰਦ ਕਰਨ ਤਾਂ ਕਿ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੀ ਹੋਈ। ਚਲੋ ਕੰਮ ਪੂਰੀ ਤਰ੍ਹਾਂ ਬੰਦ ਨਹੀਂ ਹੈਗਾ, ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਿੰਦਾ। ਚਲੋ ਚੰਗੀ ਗੱਲ ਆ, ਜੇ ਨਹੀਂ ਬੰਦ ਪਰ ਤੁਹਾਡੇ ਚੋਂ ਕਿਸੇ ਅਖਬਾਰਾਂ ਨੇ ਟੈਕਸ ਜਿਹਨੇ ਕੋਡ ਨਹੀਂ ਹੈ, ਉਹ ਵਿੱਚੋਂ ਪੇਮੈਂਟ ਨਹੀਂ ਹੋਏਗੀ, ਤੁਹਾਡੀ ਗੱਲ ਵਿੱਚ ਫੈਕਟ ਹੈਗੇ, ਪਰ ਪੂਰਾ ਬੰਦ ਨਹੀਂ ਹੈਗਾ। ਹਰਜੀਤ ਸਿੰਘ ਗਰੇਵਾਲ, ਹੁਣ ਸੁਬਰਮਣੀ ਸਵਾਮੀ ਦੇ ਬਿਆਨ ਤੋਂ ਸਾਨੂੰ ਅੱਗੇ ਵਧਣਾ ਚਾਹੀਦਾ, ਸਾਰੇ ਪੈਨਲਿਸਟ ਇਸ ਗੱਲ ਦੇ ਉੱਤੇ ਰਾਜ਼ੀ ਹੋ ਗਏ ਇੱਕ ਮਤ ਦਾ। ਗਰੇਵਾਲ ਸਾਹਿਬ, ਜਿਹੜੀ ਗੱਲ ਮਿਸਟਰ ਰਿਆੜ ਕਹਿ ਰਹੇ ਹੈਗੇ ਆ, ਇਹ ਸ਼੍ਰੋਮਣੀ ਕਮੇਟੀ ਨਾਲ ਵੀ ਇੰਨਾ ਲੰਬਾ ਸਮਾਂ ਜੁੜੇ ਰਹੇ ਆ, ਅਕਾਲੀ ਦਲ ਨਾਲ ਵੀ ਲੰਬਾ ਸਮਾਂ ਜੁੜੇ ਰਹੇ ਆ, ਇਹਨਾਂ ਨੂੰ ਵੀ ਸਿੱਖ ਹਿਸਟਰੀ ਬਾਰੇ ਪਤਾ ਹੈਗਾ, ਜਿਹੜੀ ਗੱਲ ਇਹ ਕਹਿ ਰਹੇ ਆ ਕਿ ਜਾਣ ਬੁੱਝ ਕੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ, ਇਸ ਬਿਆਨ ਵਿੱਚ ਕੋਈ ਵਜ਼ਨ ਹੈ ਜਾਂ ਨਹੀਂ? ਕੋਈ ਵਜ਼ਨ ਨਹੀਂ ਹੈ। ਇਹ ਦੇਸ਼ ਨੂੰ ਬਦਨਾਮ ਕਰਨ ਦੇ ਲਈ ਕੁਛ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ। ਹਿੰਦੁਸਤਾਨ ਜਿੰਨਾ ਸੈਕੂਲਰ ਆ ਕੋਈ ਕੰਟਰੀ ਨਹੀਂ ਹੈ, ਔਰ ਜਿਹੜਾ ਲੀਡਰ ਵੀ ਕਿਸੇ ਪਾਰਟੀ ਦਾ ਉੱਠਦਾ ਉਹ ਸਭ ਤੋਂ ਪਹਿਲਾਂ ਇੱਥੇ ਜੋ ਬਹੁ ਗਿਣਤੀ ਆ ਉਹਨਾਂ ਨੂੰ ਪੁੱਠਾ ਸਿੱਧਾ ਬੋਲਦਾ, ਫਿਰ ਵੀ ਉਹਨਾਂ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਹੁੰਦੀ। ਪਾਕਿਸਤਾਨ ਦੇ ਅੰਦਰ ਤੁਸੀਂ ਇਸਲਾਮ ਦੇ ਖਿਲਾਫ਼ ਬੋਲ ਕੇ ਦੱਸਦੇ ਹੋ, ਮੁਸਲਮਾਨਾਂ ਦੇ ਖਿਲਾਫ਼ ਬੋਲ ਕੇ ਦਿਖਾ ਦਿਓ। ਇਹ ਹਿੰਦੁਸਤਾਨੀ ਹੈ, ਸੈਕੂਲਰ ਕੰਟਰੀ ਹੈ, ਇੱਥੇ ਕੋਈ ਵੀ ਕੁਛ ਵੀ ਕਿਸੇ ਨੂੰ ਕਹਿ ਦਿੰਦਾ ਔਰ ਕੋਈ ਵੀ ਜ਼ਬਾਨ ਤੋਂ ਬੋਲ ਦਿੰਦਾ, ਉਹਨੂੰ ਬੋਲਣ ਦੀ ਆਜ਼ਾਦੀ ਦਿੱਤੀ ਹੋਈ ਹੈ, ਪਰ ਇੰਨੀ ਜ਼ਿਆਦਾ ਵੀ ਨਹੀਂ ਹੋਣੀ ਚਾਹੀਦੀ ਕਿ ਜਿਹਦੇ ਨਾਲ ਕੜਵਾਹਟ ਵਧੇ। ਉਹ ਕੜਵਾਹਟ ਵਧਾਉਣ ਵਾਲੇ ਕੁਛ ਲੋਕ ਜਿਹੜੇ ਆ ਉਹ ਮੇਰੇ ਹਿਸਾਬ ਨਾਲ ਬਹੁਤ ਗਲਤ ਆ। ਸਾਡੇ ਲੀਡਰਾਂ ਨੂੰ ਵੀ ਬਹੁਤ ਜ਼ਿਆਦਾ ਪਤਾ ਹੀ ਨਹੀਂ ਹੁੰਦਾ ਕਈ ਗੱਲਾਂ ਦਾ, ਅਤੇ ਉਹ ਵੀ ਉਹਦੇ 'ਤੇ। ਚਲੋ ਤੁਸੀਂ ਮਿਸਟਰ ਸਵਾਮੀ ਬਾਰੇ ਤਾਂ ਨਹੀਂ ਕਹਿ ਸਕਦੇ, ਉਹਨਾਂ ਨੂੰ ਨਹੀਂ ਪਤਾ ਕੀ ਮਿਸਟਰ ਸਵਾਮੀ ਬਾਰੇ ਤਾਂ ਨਹੀਂ ਕਹਿ ਸਕਦੇ, ਜਾਣ ਬੁੱਝ ਕੇ ਐਵੇਂ ਫੋਕੀ ਅਹਿਮੀਅਤ ਲੈਣ ਲਈ ਉਹਨਾਂ ਨੇ ਕੀਤਾ ਹੈਗਾ ਔਰ ਸਿੱਖਾਂ ਦੀਆਂ ਭਾਵਨਾ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਗੱਲ ਵਿੱਚ ਕੋਈ ਵਜਨ ਨਹੀਂ, ਇਹ ਉਹਨਾਂ ਨੂੰ ਨਹੀਂ ਪਹੁੰਚਾਉਣੀ ਚਾਹੀਦੀ ਸੀ, ਇਹ ਮੈਂ ਸਾਫ਼ ਕਹਿੰਦਾ। ਹਾਂ ਮਿਸਟਰ ਗਰੇਵਾਲ ਸਾਹਿਬ, ਕਹਿੰਦੇ ਨੇ ਜੀ ਇੱਥੇ ਸਾਰਿਆਂ ਦੀ ਆਜ਼ਾਦੀ ਹੈ, ਅੱਜ 23 ਦਿਨ ਹੋ ਗਏ ਨੇ, ਸਾਰਾ ਜੰਮੂ ਔਰ ਸਾਰਾ ਕਸ਼ਮੀਰ ਜਿਹੜਾ ਹੈ ਉਹਨਾਂ ਨੂੰ ਤਾਂ ਬੋਲਣ ਦਾ ਹੱਕ ਤੇਰਾ ਸਾਰਾ ਖੋਲ੍ਹਿਆ ਹੋਇਆ ਹੈ। ਜੇ ਬੋਲਣ ਦੀ ਆਜ਼ਾਦੀ ਹੈ ਤਾਂ ਉਹਨਾਂ ਨੂੰ ਬੋਲਣ ਦਿਓ। ਜਿਹੜੇ ਪੱਥਰ ਚਾਹੀਦਾ, ਪੱਥਰ ਜਿਹੜੇ ਮਾਰਦੇ ਉਹਨਾਂ ਨੂੰ ਤੁਸੀਂ ਗੋਲੀ ਮਾਰ ਰਹੇ ਨੇ, ਪੱਥਰ ਮਾਰਦੇ ਕੋਈ ਗੱਲ ਨਹੀਂ ਹੈਗੀ, ਉਹਨਾਂ ਨੂੰ ਇੱਦਾਂ ਡੀਲ ਕਰਨਾ ਚਾਹੀਦਾ, ਅੰਦਰ ਜੋ ਕਾਨੂੰਨ ਹੈਗਾ ਸਭ ਕੁਝ ਹੈਗਾ, ਤੁਸੀਂ ਜਿਸਲੇ ਪੱਥਰ ਮਾਰਦੇ ਸੀ ਤੁਸੀਂ ਕਿਹੜੇ ਬੋਲਦੇ ਸੀ? ਤੁਹਾਨੂੰ ਮੈਂ ਕਹਿੰਦਾ ਇੱਕ ਸਵਾਲ ਮੈਂ ਤੁਹਾਨੂੰ ਕਰਨਾ ਚਾਹੁੰਦਾ, ਇਹ ਦੋ ਗੱਲਾਂ ਕਰਦੇ ਨੇ, ਇੱਕ ਸਵਾਲ ਮੈਂ ਤੁਹਾਨੂੰ ਕਰਨਾ ਚਾਹੁੰਦਾ, ਇੱਕ ਕਸ਼ਮੀਰ ਕਰਦੇ ਨੇ, ਇੱਕ ਘੱਟ ਗਿਣਤੀ ਕਰਦੇ ਨੇ, ਸਵਾਲ ਤਾਂ ਸੁਣ ਲਓ ਨਾ, ਸਵਾਲ ਸੁਣ ਦਾ ਮਤ ਰੱਖਿਆ ਕਰੋ। ਕਸ਼ਮੀਰ ਦੇ ਵਿੱਚ ਜੋ ਕਮਸਾਨ ਹੈ ਕਿ ਕਰਤਾਰਪੁਰ ਲਾਂਘੇ ਨੂੰ ਉਸ ਨਾਲ ਜੋੜਨਾ ਚਾਹੀਦਾ? ਨਹੀਂ, ਬਿਲਕੁਲ ਨਹੀਂ, ਬਿਲਕੁਲ ਨਹੀਂ ਜੋੜਨਾ। ਫਿਰ ਇੱਕ ਪਾਸੇ ਤੁਸੀਂ ਮੈਨੂੰ ਆਪਦੇ ਬਿਆਨ ਵਿੱਚ, ਮੈਂ ਤੇ ਇਹਨਾਂ ਦੀ ਗੱਲ ਦਾ ਜਵਾਬ ਦੇ ਰਿਹਾ, ਜੇ ਕਹਿੰਦੇ ਨੇ ਸਾਰਿਆਂ ਨੂੰ ਬੋਲਣ ਦਾ ਹੱਕ ਆ, ਸਾਰਿਆਂ ਨੂੰ ਉੱਥੇ ਪਾਕਿਸਤਾਨ 'ਚ ਬੋਲਣ ਦਾ ਹੱਕ ਆ, ਇੱਕ ਸਿਆਸੀ ਮਸਲਾ ਹੈ, ਧਾਰਮਿਕ ਮਸਲਾ ਨਹੀਂ, ਬੋਲਣ ਦਾ ਹੱਕ ਨਹੀਂ ਹੈ। ਚਲੋ ਮੈਂ ਛੋਟਾ ਬ੍ਰੇਕ ਲੈ ਕੇ ਆ ਜਾਵਾਂ, ਛੋਟਾ ਬ੍ਰੇਕ ਲੈ ਕੇ ਆ ਜਾਣਾ, ਇੱਕ ਛੋਟਾ ਬ੍ਰੇਕ ਲੈਣਾ, ਬ੍ਰੇਕ ਤੋਂ ਵਾਪਸ ਆਉਂਦੇ ਹਾਂ। ਲਾਂਘੇ ਦੀ ਵਿਰੋਧਤਾ ਕਰਨ ਵਾਲਿਆਂ ਦਾ ਏਜੰਡਾ ਕੀ ਹੈਗਾ, ਅਸੀਂ ਉਸ 'ਤੇ ਡਿਬੇਟ ਕਰ ਰਹੇ ਹੈਗੇ ਹਾਂ, ਅਤੇ ਡਿਬੇਟ ਦੇ ਵਿੱਚ ਜਿਹੜੇ ਸਾਡੇ ਪੈਨਲਿਸਟ ਇਹ ਗੱਲ ਕਹਿ ਰਹੇ ਹੈਗੇ ਕਿ ਮਿਸਟਰ ਸਵਾਮੀ ਨੂੰ ਜ਼ਿਆਦਾ ਅਹਿਮੀਅਤ ਦੇਣ ਦੀ ਜ਼ਰੂਰਤ ਨਹੀਂ ਹੈਗੀ, ਇਸ ਬਿਆਨ ਦੇ ਨਾਲ ਇਹਨਾਂ ਦੇ ਨਾਲ ਮੈਂ ਇਤਫਾਕ ਰੱਖ ਸਕਦਾ, ਪਰ ਇਸ ਇਤਫਾਕ ਦੇ ਨਾਲ ਸੱਚ ਦੱਸਣਾ ਵੀ ਲਾਜ਼ਮੀ ਹੁੰਦਾ ਕਿ ਬਿਆਨ ਦੇ ਪਿੱਛੇ ਅਸਲ ਮਨੋਰਥ ਹੈ ਕੀ ਹੈ, ਕਿਉਂ ਬਿਆਨ ਦਿੱਤਾ ਜਾ ਰਿਹਾ। ਬਿਆਨ ਜੇ ਦਿੱਤਾ ਗਿਆ ਪੰਜਾਬ ਹਰਿਆਣਾ ਹਿਮਾਚਲ ਦੇ ਨੇੜੇ ਆ ਕੇ ਪਾਕਿਸਤਾਨ ਦੇ ਬਾਰਡਰ ਦੇ ਨੇੜੇ ਆ ਕੇ ਚੰਡੀਗੜ੍ਹ ਦੇ ਵਿੱਚ ਬੈਠ ਕੇ ਜੇ ਬਿਆਨ ਦਿੱਤਾ ਜਾਂਦਾ ਤਾਂ ਉਸ ਬਿਆਨ 'ਤੇ ਕੋਈ ਨਾ ਕੋਈ ਮਤਲਬ ਤਾਂ ਹੈ, ਅਤੇ ਉਸ 'ਤੇ ਡਿਬੇਟ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ। ਇਹ ਫੈਸਲਾ ਤੁਸੀਂ ਲੋਕਾਂ ਨੇ ਕਰਨਾ ਹੈਗਾ, ਤੁਹਾਡੇ ਕਮੈਂਟਸ ਵੀ ਮੈਂ ਪੜ੍ਹੂੰਗਾ ਜ਼ਰੂਰ, ਖਾਸ ਕਰਕੇ ਇਸ ਡਿਬੇਟ 'ਤੇ ਕਿ ਤੁਹਾਡੇ ਕਮੈਂਟਸ ਦੇ ਮੁਤਾਬਕ ਇਸ ਮੁੱਦੇ ਡਿਬੇਟ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ, ਕਿਉਂਕਿ ਪੈਨਲਿਸਟ ਮਨਾ ਕਰ ਰਿਹਾ ਕਿ ਡਿਬੇਟ ਨਹੀਂ ਹੋਣੀ ਚਾਹੀਦੀ, ਤਾਂ ਵਿਰੋਧੀ ਪਾਰਟੀਆਂ ਸਵਾਲ ਚੁੱਕ ਰਹੀਆਂ ਹੈਗੀਆਂ ਕਿ ਵੱਡੇ ਲੀਡਰ ਸ਼ਾਂਤ ਕਿਉਂ ਹੈ, ਸਵਾਮੀ ਨੂੰ ਉਹ ਵੱਡਾ ਲੀਡਰ ਮੰਨਦੇ ਪਏ, ਇਸ ਲਈ ਸਵਾਲ ਪੁੱਛਦੇ ਪਏ ਵੱਡੇ ਲੀਡਰਾਂ ਤੋਂ। ਬ੍ਰੇਕ ਤੋਂ ਵਾਪਸ ਆ ਕੇ ਕਰਤਾਰਪੁਰ ਲਾਂਘੇ ਬਾਰੇ ਕੁਝ ਹੋਰ ਸਵਾਲ ਹੋਣ 'ਚ ਜ਼ਰੂਰ। ਸਵਾਲ ਵੱਡਾ ਇੱਕੋ ਪੁੱਛ ਰਹੇ ਅਸੀਂ, ਕਰਤਾਰਪੁਰ ਲਾਂਘੇ 'ਤੇ ਭਾਜਪਾ ਆਗੂ ਸਵਾਮੀ ਦੇ ਬਿਆਨ ਨਾਲ ਕਿਹੜੀ ਸਿਆਸੀ ਸਿਆਸਤ ਹੈ ਜਿਹੜੀ ਸਹਿਮਤ ਹੈ ਕਿ? ਹਾਂ ਮਿਸਟਰ ਬਰਾੜ, ਲਾਸਟ ਪੁਆਇੰਟ ਤੁਹਾਡੇ, ਕਹਿਣਾ ਚਾਹ ਰਹੇ ਕੁਛ ਤੁਸੀਂ? ਮੈਂ ਤਾਂ ਇੱਕ ਬੇਨਤੀ ਕਰਦੇ ਹਾਂ, ਜਿਵੇਂ ਹੁਣੇ ਰਿਆੜ ਸਾਹਿਬ ਦੂਜੇ ਪਾਸੇ ਨੂੰ ਲਿਜਾ ਰਹੇ ਸੀ ਤੀਜੇ ਪਾਸੇ ਨੂੰ, ਕਿ ਆਪਾਂ ਨੂੰ ਇਹਦੇ ਵਿੱਚ ਕਿਸੇ ਗੱਲੋਂ ਉਲਝਣਾ ਨਹੀਂ ਚਾਹੀਦਾ। ਮੇਰੀ ਪਹਿਲੀ ਤਾਂ ਬੇਨਤੀ ਇੱਕੋ ਹੀ ਹੈ, ਧਾਰਾ 270 ਕਸ਼ਮੀਰ ਨੂੰ ਨਹੀਂ ਜੋੜਨਾ ਚਾਹੀਦਾ ਇਸ ਨੂੰ, ਇਸ ਜਦੋਂ ਜਿਹੜਾ ਸਭ ਤੋਂ ਵੱਧ ਤੜਫ ਰਿਹਾ ਪਾਕਿਸਤਾਨ, ਜਦੋਂ ਉਹ ਨਹੀਂ ਜੋੜ ਰਿਹਾ ਤਾਂ ਅਸੀਂ ਕਾਹਨੂੰ ਇਸ ਗੱਲ ਨਾਲ ਟੰਗੀ ਜਾਂਦੇ ਹਾਂ? ਸਾਡੇ ਗੁਰੂ ਸਾਹਿਬ ਦੀ ਆਸਥਾ ਵਾਲੀ ਗੱਲ ਨੂੰ ਅਤੇ ਦੂਜੀਆਂ ਗੱਲਾਂ ਨੂੰ ਲਹਿਦਾ ਕਰ ਲਾਂਗੇ।
ਇਹਨੂੰ ਨੈਗੇਟਿਵ ਜ਼ਿਆਦਾ ਪੇਸ਼ ਕੀਤਾ ਜਾਂਦਾ ਕਈ ਵਾਰੀ ਮੀਡੀਆ ਦੇ ਵਿੱਚ, ਓਡੀ ਗੱਲ ਹੁੰਦੀ ਨਹੀਂ, ਕਈ ਵਾਰੀ ਇੱਕ ਬੰਦਾ ਬੋਲਦਾ ਤੇ ਉਹੀ ਬਿਆਨ ਦਿਖਾਈ ਜਾਂਦੇ ਤੇ ਲੱਗਦਾ ਕਿ ਬਾਹਰ ਪਤਾ ਨਹੀਂ ਕੀ ਉੱਥੇ। ਅੱਛਾ, ਮਿਸਟਰ ਸਵਾਮੀ ਦਾ ਬਿਆਨ ਦੀ ਇੰਨੀ ਅਹਿਮੀਅਤ ਹੈ ਨਹੀਂ ਸੀ, ਨੈਗੇਟਿਵ ਮੀਡੀਆ ਵਿੱਚ ਆ ਗਿਆ। ਬਰਾੜ ਸਾਹਿਬ ਸਹੀ, ਚਲੋ ਬਰਾੜ ਸਾਹਿਬ ਠੀਕ ਹੈ, ਤੁਹਾਡੀ ਗੱਲ ਵੀ ਮੰਨ ਲੈਂਦੇ ਹਾਂ। ਬਰਾੜ ਸਾਹਿਬ, ਇੱਕ ਮਿਸਟਰ ਸਵਾਮੀ ਨੇ ਇੱਕ ਹੋਰ ਬਿਆਨ ਦਿੱਤਾ, ਨਵੰਬਰ ਵਿੱਚ ਪਾਕਿਸਤਾਨ ਵਿੱਚ ਤਖਤਾ ਪਲਟ ਹੋ ਜਾਊਗਾ, ਅਕਾਲੀ ਦਲ ਉਸ ਨਾਲ ਇਤਫਾਕ ਰੱਖਦਾ? ਮੈਨੂੰ ਤਾਂ ਇਹ ਵੀ ਕੋਈ ਗੱਲ ਨਹੀਂ ਲੱਗਦੀ, ਐਡੀ ਬੇਤੁਕੀ ਗੱਲ, ਮਤਲਬ ਨਾ ਕੋਈ ਇਹੋ ਜਿਹਾ ਮਾਹੌਲ, ਨਾ ਕੋਈ ਗੱਲ, ਨਾ ਕੋਈ ਬਾਤ, ਜਾਂ ਫਿਰ ਇਹ ਤਾਂ ਮਤਲਬ ਪਾਕਿਸਤਾਨ ਲਈ ਕੰਮ ਕਰਦੇ ਹੋ ਕਿ ਸਾਡੇ ਦੇਸ਼ ਲਈ ਕੰਮ ਕਰਦੇ ਆ? ਹੁਣ ਜਾਂ ਤਾਂ ਉਹਦਾ ਉਹਨਾਂ ਦਾ ਸੰਬੰਧ, ਅਗਲਾ ਸਵਾਲ ਇਹ ਬਣਦਾ ਸੀ ਬਰਾੜ ਸਾਹਿਬ, ਤੁਸੀਂ ਤਾਂ ਬੜਾ ਸਵਾਲ ਚੁੱਕਤਾ, ਰਿਪੋਰਟਰਾਂ ਦਾ ਇਹ ਬਣਦਾ ਸੀ ਵੀ ਤੁਹਾਡੀ ਕਿਹਦੇ ਨਾਲ ਗੱਲ ਹੋ ਰਹੀ ਹੈ ਜੀ ਉੱਥੇ, ਮੌਜੂਦਾ ਜਿਹੜਾ ਫੌਜ ਦਾ ਜਿਹੜਾ ਜਨਰਲ ਆ ਉਹਦੇ ਨਾਲ ਹੋ ਰਹੀ ਹੈ ਕਿ ਵਿਰੋਧੀ ਪਾਰਟੀਆਂ ਨਾਲ ਹੋ ਰਹੀ ਹੈ ਕਿ ਕਿਹਦੇ ਨਾਲ ਹੋ ਰਹੀ ਹੈ, ਜਾਂ ਤਾਂ ਉਹ ਸਪਸ਼ਟ ਕਰੋ। ਗਰਵਲ ਸਾਹਿਬ, ਇਸ ਬਿਆਨ ਦੇ ਤਾਂ ਕੁਝ ਬੋਲੋਗੇ ਕਿ ਨਹੀਂ ਬੋਲਣਾ? ਇਸ ਬਿਆਨ ਤੇ ਵੀ ਨਹੀਂ ਬੋਲਣਾ, ਕੀ ਤੁਹਾਡੀ ਪਾਲਿਸੀ ਆ? ਬਿਲਕੁਲ ਬੋਲਾਂਗੇ। ਹਾਂ, ਇਦਾਂ ਕਿ ਪਾਕਿਸਤਾਨ ਦੇ ਅੰਦਰ ਤੁਹਾਨੂੰ ਪਤਾ ਕਿ ਆਰਮੀ ਰੂਲ ਕਰਦੀ ਹੈ, ਔਰ ਉਹਦੇ ਨਾਲ ਨਾਲ ਉਹਨਾਂ ਨੇ ਹੀ ਪ੍ਰਾਈਮ ਮਿਨਿਸਟਰ ਨੂੰ ਬਿਠਾਇਆ ਹੋਇਆ ਇਮਰਾਨ ਖਾਨ ਨੂੰ, ਅਤੇ ਜਦੋਂ ਆਰਮੀ ਰੂਲ ਕਰਦੀ ਆ ਉਸ ਆਰਮੀ ਦੇ ਜਨਰਲ ਨੂੰ ਉਹਨਾਂ ਨੇ 3 ਸਾਲ ਦੀ ਹੁਣੇ ਐਕਸਟੈਂਸ਼ਨ ਦਿੱਤੀ, ਉਹ ਔਰ ਇਮਰਾਨ ਖਾਨ ਇੱਕਮਿੱਕ ਨੇ, ਜਦੋਂ ਜੋ ਕਰਨਾ ਚਾਹੁੰਦੇ ਆ ਉਹ ਹੋ ਰਿਹਾ ਤਾਂ ਆਰਮੀ ਕਿਉਂ ਤਖਤਾ ਪਲਟ ਕਰੇਗੀ, ਹੋਰ ਉੱਥੇ ਕਿਹਨੇ ਤਖਤਾ ਪਲਟ ਕਰਨਾ? ਇਹ ਵੀ ਸਵਾਮੀ ਸਾਹਿਬ ਦਾ ਬਿਆਨ ਗਲਤ ਹੈ? ਬਿਲਕੁਲ ਗਲਤ ਆ, ਉਹ ਆਪਣੇ ਤਰੀਕੇ ਨਾਲ ਬੋਲਦੇ ਆ, ਕੋਈ ਪਾਰਟੀ ਦੀ ਵਿਚਾਰਧਾਰਾ ਨਹੀਂ ਹੈ, ਮੈਂ ਤੁਹਾਨੂੰ ਦੱਸਾਂ ਪਾਰਟੀ ਉਹਨਾਂ ਨਾਲ ਸਹਿਮਤ ਨਹੀਂ। ਇੰਨਾ ਸਾਰੀ ਨਵੰਬਰ ਵਿੱਚ ਤਖਤਾ ਪਲਟ ਹੋ ਜਾਊਗਾ ਸਵਾਮੀ ਸਾਹਿਬ ਕਹਿ ਰਹੇ ਆ? ਨਹੀਂ, ਮੈਂ ਇਹਨੂੰ ਇਸ ਤਰੀਕੇ ਨਾਲ ਲਵਾਂਗਾ, ਜਿਸ ਤਰੀਕੇ ਦੇ ਨਾਲ 370 ਦੇ ਮੁੱਦੇ ਜਿਹੜਾ ਸਾਡਾ ਅੰਦਰੂਨੀ ਮਾਮਲਾ ਉਹਦੇ ਉੱਤੇ ਜਿਸ ਤਰੀਕੇ ਨਾਲ ਪਾਕਿਸਤਾਨ ਰਿਐਕਟ ਕਰਦਾ ਪਿਆ, ਅਗਰ ਉਹਨੇ ਕੋਈ ਇਸ ਤਰ੍ਹਾਂ ਦੀ ਗਲਤੀ ਕੀਤੀ, ਹਿੰਦੁਸਤਾਨ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਜਿਹੜਾ ਸਵਾਮੀ ਜੀ ਨੇ ਕਿਹਾ ਉਹ ਮੇਰੇ ਖਿਆਲ 'ਚ ਉਹ ਘਟਨਾ ਘਟੇਗੀ ਘਟੇਗੀ ਔਰ ਪਾਕਿਸਤਾਨ ਬਰਬਾਦ ਹੋ ਜਾਏਗਾ ਇਹਦੇ ਟੁਕੜੇ ਟੁਕੜੇ। ਹਮਲਾ ਕਰਨ ਵਾਲੇ ਕਿਉਂ ਬਿਆਨ ਦਿੰਦੇ ਆ ਭਾਰਦਵਾਜ ਸਾਹਿਬ? ਮੈਨੂੰ ਤਾਂ ਇੱਕ ਚੀਜ਼ ਸਮਝ ਨਹੀਂ ਆਉਂਦੀ ਕਿ ਤੁਸੀਂ ਇੱਥੇ ਬਾਰਡਰ ਦੇ ਨੇੜੇ ਰਹਿੰਦੇ, ਤੁਹਾਨੂੰ ਤਾਂ ਸੱਚ ਪਤਾ ਨਾ ਸਾਰਾ ਕੁਝ, ਕਿਉਂ ਅਸੀਂ ਦੋਨਾਂ, ਮੈਨੂੰ ਦੋਨਾਂ ਮੁਲਕਾਂ 'ਚੋਂ ਨਹੀਂ ਬਿਆਨ ਚਾਹੀਦੇ, ਕੇ ਪੀ ਜੀ ਦੋਨਾਂ ਮੁਲਕਾਂ 'ਚੋਂ ਨਹੀਂ ਬਿਆਨ ਚਾਹੀਦੇ? ਤੁਸੀਂ ਕੇ ਪੀ ਜੀ ਮੀਡੀਆ ਨਾਲ ਸੰਬੰਧ ਰੱਖਦੇ ਹੋ, ਤੁਸੀਂ ਉਹਨਾਂ ਦੇ ਰੋਜ਼ ਬਿਆਨ ਸੁਣਦੇ ਹੋ ਵੀ ਉਹ ਕਿੱਦਾਂ ਪਰਮਾਣੂ ਬੰਬ ਦੀਆਂ ਧਮਕੀਆਂ ਦਿੰਦੇ ਆ, ਉਹਦੇ ਬਾਵਜੂਦ ਵੀ ਤੁਸੀਂ ਸਾਨੂੰ ਕਹਿੰਦੇ ਵੀ ਅਸੀਂ ਲੜਾਈ ਦੀ ਗੱਲ ਕਰਦੇ ਪਏ, ਪਾਕਿਸਤਾਨੀ ਐ, ਮੈਂ ਪਾਕਿਸਤਾਨੀ ਗੱਲ ਕਰ ਰਿਹਾ ਸਾਡੇ ਮਾਮਲੇ ਦੇ ਵਿੱਚ, ਅਗਰ ਇਹੀ ਗੱਲ ਰਹਿ ਕਹਿਣੀ ਬਾਕੀ ਸੀਗੀ, ਇਹੀ ਕਹਿ ਦਿਓ ਕਿਹੜੀ ਕਿ ਮੈਂ ਪਾਕਿਸਤਾਨ ਦੀ ਫੇਵਰ ਕਰ ਰਿਹਾ, ਇਹੀ ਗੱਲ ਕਹਿਣੀ ਬਾਕੀ? ਮੈਂ ਨਹੀਂ ਕਹਿੰਦਾ, ਮੈਂ ਨਹੀਂ, ਮੇਰੀ ਆਦਤ ਨਹੀਂ ਹੈ ਜਿਹੜਾ ਲੱਗ, ਮੈਂ ਨਹੀਂ, ਮੈਂ ਤੁਸੀਂ ਫੇਰ ਕਹਿੰਦੇ ਟੋਟੇ ਹੋ ਜਾਣਗੇ, ਪਤਾ ਨਹੀਂ ਕਿਹਨੂੰ ਖੁਸ਼ ਕਰਨ ਵਾਸਤੇ ਤੁਸੀਂ ਮੈਨੂੰ ਇਹ ਕੁਐਸਚਨ ਕਰਦੇ ਪਏ ਹੋ। ਜੇ ਇੱਕ ਵਾਰ ਵੀ ਕਹਿ ਰਹੇ ਹੋ ਮਿਸਟਰ ਸਵਾਮੀ ਦੇ ਬਿਆਨ ਦਾ ਮੈਂ ਸਵਾਗਤ ਨਹੀਂ ਕਰਦਾ, ਉਹ ਸਵਾਮੀ ਸਾਹਿਬ ਕਹਿ ਰਹੇ ਆ ਪਾਕਿਸਤਾਨ ਟੋਟੇ ਹੋ ਜਾਣਗੇ, ਪਾਕਿਸਤਾਨ ਦੇ, ਅਗਰ ਪਾਕਿਸਤਾਨ ਨੇ ਸਾਡੇ ਹਿੰਦੁਸਤਾਨ ਦੇ ਅੰਦਰੂਨੀ ਮਾਮਲੇ 'ਚ ਦਖਲਅੰਦਾਜ਼ੀ ਕੀਤੀ, ਹਿੰਦੁਸਤਾਨ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਪਾਕਿਸਤਾਨ ਦਾ ਉਹੀ ਹਾਲ ਹੋਏਗਾ, ਟੁਕੜੇ ਟੁਕੜੇ ਹੋ ਜਾਣਗੇ, ਉਹ ਮੈਂ ਤੁਹਾਨੂੰ ਅੱਜ ਵੀ ਕਹਿੰਦਾ, ਤੁਸੀਂ ਮੇਰੀ ਗੱਲ ਨੋਟ ਕਰ ਲਓ। ਪਰਦਾ ਸਾਹਿਬ, ਮੈਂ ਇਹਨਾਂ ਚੀਜ਼ਾਂ ਵਿੱਚ ਨਹੀਂ ਜਾਂਦਾ ਗਾ, ਜੰਗ ਜੁੰਗ ਵਾਲੇ ਜਾਂ ਮਿਸਟਰ ਰਾਜਨਾਥ ਸਿੰਘ ਜੀ ਕਿ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਉਹਦੇ ਬਿਆਨ 'ਤੇ ਆ ਰਹੇ ਕਿ ਅਸੀਂ ਦੱਸਣਾ ਜੀ ਪਿਆਰ ਨਾਲ ਰਹਿਣਾ ਚਾਹੁੰਦੇ ਹਾਂ, ਅਸੀਂ ਮੁਹੱਬਤ ਨਾਲ ਰਹਿਣਾ ਚਾਹੁੰਦੇ ਹਾਂ, ਔਰ ਪੰਜਾਬ ਜੇ ਜੰਗ ਦਾ ਮੈਦਾਨ ਬਣ ਗਿਆ ਤੇ ਹਿੰਦੁਸਤਾਨ ਤਾਂ ਸ਼ਾਇਦ ਬਚ ਗਿਆ ਪਰ ਪੰਜਾਬ ਨਹੀਂ ਬਚਦਾ। ਨੋ ਤੁਹਾਡੀ ਗੱਲ ਠੀਕ ਹੈ, ਇਸ ਕਰਕੇ ਪੰਜਾਬੀ ਮੰਤਰੀ ਵੀ ਬਿਆਨ ਦੇ ਰਹੇ ਆ, ਉਹਨਾਂ ਦੇ ਮੰਤਰੀ ਵੀ ਬਿਆਨ ਦੇ ਰਹੇ ਆ, ਕੋਈ ਬਿਆਨ ਜਾ ਰਿਹਾ, ਦੋਨੋਂ ਪਾਸੋਂ ਬਿਆਨ ਜਾ ਰਿਹਾ ਯਾਰ ਸਾਹਿਬ, ਗੱਲ ਕਰਨੀ ਚਾਹੀਦੀ ਹੈ ਕਿ ਪੰਜਾਬ ਕਿਸ ਤਰ੍ਹਾਂ ਬਚਦਾ ਹੈ, ਜੇ ਸਾਨੂੰ ਪੰਜਾਬ ਨਾਲ ਮਤਲਬ ਹੈ, ਬਾਅਦ 'ਚ ਹਿੰਦੁਸਤਾਨ ਨਾਲ ਮਤਲਬ ਆ, ਅਸੀਂ ਪਹਿਲਾਂ ਪੰਜਾਬੀ ਹਾਂ ਫਿਰ ਹਿੰਦੁਸਤਾਨੀ ਹਾਂ, ਇਸ ਕਰਕੇ ਸਾਨੂੰ ਪਹਿਲਾਂ ਪੰਜਾਬ ਦੀ ਗੱਲ ਕਰਨੀ ਚਾਹੀਦੀ ਆ, ਅਸੀਂ ਪੰਜਾਬ ਦੇ ਰਖਵਾਲੇ ਹਾਂ, ਔਰ ਜੇ ਜੰਗ ਪਾਕਿਸਤਾਨ ਨਾਲ ਹੋਇਆ ਤਾਂ ਪਰਮਾਣੂ ਜੰਗ ਹੋਵੇਗਾ, ਤੇ ਜੇ ਉਹਨਾਂ ਦਾ ਕੁਛ ਨਹੀਂ ਰਹੇਗਾ ਤਾਂ ਰਹੇਗਾ ਸਾਡਾ ਵੀ ਕੁਛ ਨਹੀਂ, ਪਰਮਾਣੂ ਖਾਸ ਕਰਕੇ ਕਰਗਿਲ 'ਚ ਪੰਜਾਬ ਦਾ ਕੁਛ ਨਹੀਂ ਰਹੇਗਾ। ਰਿਆੜ ਸਾਹਿਬ, ਕਿਸੇ ਵੇਲੇ ਔਰਾਂ ਦੀਆਂ ਜਿਹੜੀਆਂ ਪੀੜੀਆਂ ਨੇ, ਰਿਆੜ ਸਾਹਿਬ ਤੁਸੀਂ ਸੁਣਦੇ ਕਿਉਂ ਨਹੀਂ, ਸਵਾਲ ਕਿਉਂ ਨਹੀਂ ਸੁਣਦੇ? ਪਾਕਿਸਤਾਨ 'ਚ ਵੀ ਪੰਜਾਬ ਹੈਗਾ ਰਿਆੜ ਸਾਹਿਬ, ਕਰਗਿਲ ਵੇਲੇ ਨਿਊਕਲੀਅਰ ਪਾਵਰ ਨਹੀਂ ਸੀ ਦੋਨੋਂ ਮੁਲਕ, ਹਾਂਜੀ ਕਰਗਿਲ ਵੇਲੇ ਨਿਊਕਲੀਅਰ ਪਾਵਰ ਨਹੀਂ ਸੀ ਦੋਨੋਂ ਮੁਲਕ, ਕਿੱਥੇ ਜੀ ਪਰਮਾਣੂ ਹਥਿਆਰ ਹੈਗੇ ਸੀ ਦੋਨੋਂ ਮੁਲਕਾਂ ਕੋਲ? ਨਹੀਂ ਜੀ, ਉਹ ਤਾਂ ਵਾਜਪਾਈ ਸਾਹਿਬ ਨੇ ਕਿਹਾ ਪਹਿਲਾਂ ਜਿਹੜਾ ਚਲਾਏਗਾ ਉਹ ਹੁਣ ਤੇ ਸਾਡੇ ਨਾਲ ਨਾਲ ਹੋਣ ਦੀ ਸਵਾਲ ਦਾ ਜਵਾਬ, ਤਰਕ ਨਾਲ ਜਵਾਬ ਦਿਓ ਨਾ, ਉਦੋਂ ਨਿਊਕਲੀਅਰ ਪਾਵਰ ਨਹੀਂ ਸੀਗੇ, ਹੈਗੇ ਸੀ ਦੋਨੋਂ ਮੁਲਕ ਹੈਗੇ ਸੀ ਨਾ, ਆਪਾਂ ਕਿਉਂ ਡਰਾਵੇ ਦਿੰਦੇ ਨਿਊਕਲੀਅਰ ਪਾਵਰ ਦੇ, ਦੋਨੋਂ ਮੁਲਕ ਹੀ ਡਰਾਵੇ ਦਿੰਦੇ? ਨਹੀਂ, ਅਸੀਂ ਤਾਂ ਕਹਿੰਦੇ ਕਰਨਾ ਨਹੀਂ ਚਾਹੀਦਾ ਜੀ। ਚੰਚ ਮਨੋਹਰ ਸਿੰਘ, ਜੰਗਾਂ ਦੀਆਂ ਗੱਲਾਂ ਕਿਉਂ ਕਰਨ ਲੱਗ ਪੈਂਦੇ? ਹਾਂਜੀ ਹਾਂ ਬੋਲੋ ਚੰਚ ਮਨੋਹਰ ਸਿੰਘ। ਗੱਲ ਇਵੇਂ ਹੈ ਵੀ ਜਿਹੜੀ ਨਿਊਕਲੀਅਰ ਲੜਾਈ ਲੜੂਈ ਦੀ ਗੱਲ ਹੈ ਨਾ, ਇਹ ਬਿਆਨਬਾਜ਼ੀ ਹੁੰਦੀ ਹੈ ਜਿਹੜੇ ਦੋਨਾਂ ਮੁਲਕਾਂ 'ਚ ਬੇਸਮਝ ਜੇ ਲੋਕ ਹੈ ਉਹਨਾਂ ਲਈ, ਅਸੀਂ ਦੋਨੋਂ ਮੁਲਕ ਹੀ ਨਹੀਂ ਅਫੋਰਡ ਕਰਦੇ ਕਿ ਪਰਮਾਣੂ ਜੰਗ ਹੋਏ, ਸਾਡਾ ਦੋਨਾਂ ਦਾ ਕੁਛ ਨਹੀਂ ਰਹੇਗਾ, ਸਾਨੂੰ ਬੜੀ ਪੰਜਾਬ ਦਾ ਤਾਂ ਵੈਸੇ ਨਹੀਂ
ਇਹਦੀਆਂ ਜਿਹੜੀਆਂ ਕਾਨੂੰਨੀ ਚੀਜ਼ਾਂ ਨੂੰ ਸੁਪਰੀਮ ਕੋਰਟ 'ਚ ਚੈਲੇਂਜ ਹੋਈਆਂ। ਦੂਸਰਾ ਇਹ ਹੈ ਕਿ ਵੀ ਉੱਥੇ ਫਰੀਡਮ ਹੀ ਕੋਈ ਨਹੀਂ, ਪ੍ਰੈਸ ਦਾ ਪਤਾ ਹੀ ਨਹੀਂ ਅੰਦਰ ਕੀ ਹੋ ਰਿਹਾ। ਅੱਜ 22 ਦਿਨ ਹੋ ਗਏ ਕੋਈ ਪ੍ਰੈਸ ਦੀ ਖਬਰ ਨਹੀਂ ਆ ਰਹੀ, ਔਰ ਅਖਬਾਰਾਂ 'ਚ ਆਰਟੀਕਲ ਜਿਹੜੇ ਆ ਰਹੇ ਉਹਨਾਂ 'ਚ ਬੜੀਆਂ ਲੋਕ ਇਸ਼ੂ ਨੂੰ ਉਡਾ ਰਹੇ ਕਿ 370 ਜਿਸ ਢੰਗ ਨਾਲ ਖਤਮ ਕੀਤਾ ਗਿਆ ਇਹ ਕੌਨਸਟੀਟਿਊਸ਼ਨਲ ਨਹੀਂ, ਬਿਆਨ ਵੀ ਆ ਰਹੇ ਨੇ, ਅਤੇ ਮੈਂ ਵੀ ਸਮਝਦਾ ਵੀ ਇਹ ਠੀਕ ਨਹੀਂ। ਦੂਜਾ ਇਹ ਹੈ ਕਿ ਵੀ ਜਿਹੜੀ ਇਹਨਾਂ ਨੇ ਮਨਿਓਰਟੀਆਂ ਦੀ ਗੱਲ ਕੀਤੀ, ਘੱਟ ਗਿਣਤੀਆਂ ਦੀ, ਸਾਨੂੰ ਇੱਕ ਗੱਲ ਸਮਝਣੀ ਚਾਹੀਦੀ ਹੈ ਵੀ ਜੇਕਰ BJP ਦੀ ਲੀਡਰਸ਼ਿਪ ਔਰ RSS ਉਹਨਾਂ ਦੀ ਜਿਹੜੀ ਧਰਮ ਉੱਤੇ ਸੰਸਥਾ, ਜਦੋਂ ਉਹ ਕਹਿੰਦੀ ਹੈ ਵੀ ਇਹ ਮੁਸਲਮਾਨ ਅਤੇ ਕ੍ਰਿਸਚਨਸ ਇਹ ਬਾਹਰ ਦੇ ਧਰਮ ਹੈ, ਇਹਨਾਂ ਨੂੰ ਇੱਥੇ ਉਹਨਾਂ ਬਾਰੇ ਜੋ ਵਿਚਾਰ ਪੇਸ਼ ਕੀਤੇ ਜਾਂਦੇ ਨੇ, ਘਰ ਵਾਪਸੀ ਦੀਆਂ ਗੱਲਾਂ ਕੀਤੀਆਂ ਜਾਂਦੀਆਂ, ਅਸੀਂ ਬਹੁਤ ਛੋਟੀ ਮਨਿਓਰਟੀਆਂ, 2.25 ਕਰੋੜ ਆ, ਅਤੇ ਸਾਡੇ ਅੰਦਰ ਵੀ ਭੈ ਪੈਦਾ ਹੁੰਦਾ ਹੈ, ਜਿਸ ਤਰ੍ਹਾਂ ਉਹ ਵਾਰ ਵਾਰ ਕਹੀ ਜਾਂਦੇ ਨੇ ਵੀ ਉਹ ਸਾਨੂੰ ਸਮਾਉਣਾ ਚਾਹੁੰਦੇ ਨੇ ਸਾਡੇ ਧਰਮ, ਕਿਉਂਕਿ ਉਹ ਸਿਆਸੀ ਲੀਡਰ ਹਨ, ਉਹ ਧਾਰਮਿਕ ਲੀਡਰ ਵੀ ਹਨ, ਉਹਨਾਂ ਦੀ ਜਿਹੜੀ ਚੇਤਨਤਾ ਇਹਨਾਂ ਬਿਆਨਾਂ ਦੇ ਸੰਦਰਭ ਵਿੱਚ ਉਹ ਸਾਨੂੰ ਸਮਝਣੀ ਚਾਹੀਦੀ ਹੈ ਕਿ ਅਕਾਲੀ ਦਲ ਨਾ ਸਮਝੇ, ਕਿਉਂਕਿ ਉਹ ਤਾਂ ਉਹਨਾਂ ਦੇ ਨਾਲ ਹੈ, ਕਿ ਵੀ ਸਾਨੂੰ ਬੜਾ, ਮੈਨੂੰ ਵੀ ਇਹ ਲੱਗਦਾ ਹੈ ਵੀ ਜਿਹੜੀ ਸਿੱਖ ਮਨਿਓਰਟੀ ਹੈ ਉਸ ਨੂੰ ਕਾਫੀ ਖਤਰਾ ਹੈ। ਇਹਦਾ ਮਤਲਬ ਇਸ ਮੁੱਦੇ ਡਿਬੇਟ ਹੋਣੀ ਚਾਹੀਦੀ ਸੀ ਜਨਤਾ ਨੂੰ, ਇਹ ਡਿਬੇਟ ਤੇ ਹੋਣੀ ਚਾਹੀਦੀ, ਇਸ ਮੁੱਦੇ ਡਿਬੇਟ ਹੋਣੀ ਚਾਹੀਦੀ। 370 ਕਿੱਧਰ ਮਨਿਓਰਟੀ, ਕਿੱਥੇ ਮਨਿਓਰਟੀ, ਕਿੱਥੇ 370। ਮੈਂ ਤਾਂ ਕਹਿਣਾ ਫਟਾਫਟ ਮੈਂ ਇੱਕ ਬੇਨਤੀ ਕਰਦੇ ਹਾਂ, ਸ਼੍ਰੀਮਤੀ ਇੰਦਰਾ ਗਾਂਧੀ ਬੜੀ ਜਾਬਰ ਸੀ, ਉਹਨੇ ਵੀ ਸਿੱਖਾਂ ਨੂੰ ਤੇ ਸਾਰਿਆਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਗੁਰੂ ਦੀ ਸਿੱਖ ਸਾਡੀ ਫੌਜ ਐਸੀ ਹੈ ਜਿਹੜੀ ਨਾ ਕਦੇ ਕਿਸੇ ਤੋਂ ਖਤਮ ਹੋਈ ਹੈ ਤੇ ਨਾ ਹੋਵੇਗੀ, ਕਿਸੇ ਨੂੰ ਭਰਮ ਭੁਲੇ ਖਿੱਚ ਨਹੀਂ ਰਹਿਣਾ ਚਾਹੀਦਾ ਤੇ ਨਾ ਹੀ ਕੋਈ ਕਿਸੇ ਨੂੰ ਸਾਨੂੰ ਕੋਈ ਸਾਨੂੰ ਖਤਮ ਕਰ ਸਕਦਾ। ਇਸ ਕਰਕੇ ਐਵੇਂ ਹੀ ਆਪਾਂ ਝੂਠੀਆਂ ਅਫਵਾਹਾਂ ਫੈਲਾਈ ਚਲੀਏ, ਮੇਰਾ ਖਿਆਲ ਹੈ ਕਿ ਇਹ ਬਾਤ ਦੇ ਪਤੰਗੜ ਬਣਾਉਣ ਵਾਲੀ ਗੱਲ ਹੈ। ਸਵਾਲ ਅੱਜ ਦਾ ਇਹ ਹੈਗਾ ਕਿ ਕਰਤਾਰਪੁਰ ਸਾਹਿਬ ਲਾਂਘੇ ਦੇ ਉੱਤੇ ਕਿਰਪਾ ਕਰਕੇ ਸੰਜਮ ਨਾਲ ਬਿਆਨ ਦਿਓ ਤਾਂ ਕਿ ਇਹ ਖੁੱਲ੍ਹਣਾ ਚਾਹੀਦਾ। ਚਲੋ ਬਹੁਤ ਧੰਨਵਾਦ ਚੰਦਨੀ ਬਰਾੜ ਤੁਹਾਡਾ, ਚੰਚਲ ਮਨੋਹਰ ਸਿੰਘ ਤੁਹਾਡਾ, ਬਹੁਤ ਧੰਨਵਾਦ ਵਿਜੇ ਭਾਰਤ ਤੁਹਾਡਾ, ਬਹੁਤ ਧੰਨਵਾਦ ਗੁਰਪ੍ਰਤਾਪ ਸਿੰਘ ਬਰਾੜ ਤੁਹਾਡਾ, ਬਹੁਤ ਧੰਨਵਾਦ ਹਰਜੀਤ ਸਿੰਘ ਕਰੇਵਾਲ ਤੁਹਾਡਾ, ਬਹੁਤ ਧੰਨਵਾਦ। ਸੁਬ੍ਰਮਣਿਅਮ ਸਵਾਮੀ ਨੇ ਬਿਆਨ ਦਿੱਤਾ, ਅਸੀਂ ਉਸ 'ਤੇ ਡਿਬੇਟ ਕੀਤੀ, ਪਹਿਲਾਂ ਡਿਬੇਟ ਵਿੱਚ ਚੱਲਦਾ ਰਿਹਾ ਕਿ ਇਸ ਮੁੱਦੇ ਡਿਬੇਟ ਨਹੀਂ ਹੋਣੀ ਚਾਹੀਦੀ, ਪਰ ਅਖੀਰ ਵਿੱਚ ਆ ਕੇ ਪਤਾ ਲੱਗਾ ਕਿ ਇਸ ਮੁੱਦੇ ਤਾਂ ਡਿਬੇਟ ਹੋਣੀ ਚਾਹੀਦੀ ਹੈ, ਅਸੀਂ ਤਾਂ ਲੇਟ ਹੋ ਗਏ। ਜੇ ਡਿਬੇਟ ਨਾ ਕੀਤੀ ਹੁੰਦੀ ਤਾਂ ਸ਼ਾਇਦ ਪਰਦੇ ਪਿੱਛੇ ਲੁਕੀਆਂ ਚੀਜ਼ਾਂ ਤੁਹਾਨੂੰ ਨਾ ਪਤਾ ਲੱਗਦੀਆਂ। ਜੋ ਕੁਛ ਤੁਹਾਨੂੰ ਪਤਾ ਲੱਗਿਆ ਉਸ ਤੋਂ ਬਾਅਦ ਵੀ ਮੈਂ ਤੁਹਾਡੇ ਕਮੈਂਟਸ ਪੜ੍ਹ ਕੇ ਹੀ ਡਿਬੇਟ ਕਰੂੰਗਾ। ਜੇ ਤੁਸੀਂ ਕਹੋਗੇ ਕਿ ਇਹ ਡਿਬੇਟ ਨਹੀਂ ਹੋਣੀ ਚਾਹੀਦੀ, ਮੈਂ ਤੁਹਾਡੇ ਤੋਂ ਅਗਲੇ ਐਪੀਸੋਡ ਵਿੱਚ ਮਾਫ਼ੀ ਵੀ ਮੰਗ ਲਵਾਂਗਾ। ਬਹੁਤ ਧੰਨਵਾਦ।